ਬਾਅਦ ਦਾ ਦੌਰ ਹੈ ਜਿਹੜਾ ਉਹ ਖਬਰਸਾਰ ਦੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਸ ਵਕਤ ਸਾਡੇ ਟੀਮ ਮੈਂਬਰ ਪਰਮਜੀਤ ਸਿੰਘ ਬਾਟ ਜੁੜ ਚੁੱਕੇ ਹੈ ਸ਼ਾਮਲ ਹੋ ਚੁੱਕੇ ਹੈ ਜੀ ਬਾਟ ਸਾਹਿਬ ਸਤਿ ਸ੍ਰੀ ਅਕਾਲ ਸ਼ੁਕਰੀਆ ਮਿਹਰਬਾਨੀ ਸੁਖਨੈਬ ਜੀ ਰੇਡੀਓ ਚੈਨਲ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਸਰਦਾਰ ਅੰਮ੍ਰਿਤਪਾਲ ਸਿੰਘ ਨਿਹਾਲ ਕੈਲੀਫੋਰਨੀਆ ਯੂਐਸਏ ਤੋਂ ਜੀ ਬਾਟ ਸਾਹਿਬ ਖਬਰਾਂ ਸਾਰਾਂ ਦੇ ਦੌਰ ਦੇ ਵੱਲ ਵਧ ਗਿਆ ਤੇ ਮੈਂ ਮਾਫੀ ਚਾਹੂੰਗਾ ਥੋੜਾ ਜਿਹਾ ਲੇਟ ਹੋ ਗਏ ਔਰ ਵੱਡੀ ਗੱਲ ਹੈ ਜਿਹੜੀ ਜੀ ਉਹ ਖਬਰਾਂ ਦੀ ਹੈ ਕਿ ਕਿਸਾਨ ਅੰਦੋਲਨ ਹੈ ਜਿਹੜਾ ਦੇਸ਼ ਭਰ ਦੇ ਵਿੱਚ ਜ਼ੋਰ ਫੜ ਰਿਹਾ ਔਰ ਐਮਪੀ ਦੇ ਵਿੱਚ ਤਾਂ ਕਾਫੀ ਮਾੜੇ ਹਾਲਾਤ ਨੇ ਸੁਖਨੈਬ ਜੀ ਦੇਸ਼ ਦੇ ਵਿੱਚ ਕਿਸਾਨ ਦੀ ਸਥਿਤੀ ਕੀ ਹੈ ਮੋਦੀ ਸਾਹਿਬ ਦੇ ਨਾਲੋਂ ਬਿਹਤਰ ਕੋਈ ਨੀ ਜਾਣਦਾ ਹੋਣਾ ਕਿਉਂਕਿ ਉਹਨਾਂ ਨੇ 3 ਸਾਲ ਪੂਰੇ ਹੋ ਗਿਆ ਸਰਕਾਰ ਦੇ ਤੇ ਜਿਹੜੀਆਂ ਪ੍ਰਾਪਤੀਆਂ ਗੜਾਈ ਜਾਂਦੇ ਆ ਮੈਂ ਬੀਜੇਪੀ ਦੇ 2 ਲੀਡਰਾਂ ਦੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਉਹਨਾਂ ਦੇ ਭਾਸ਼ਣ ਸੁਣੇ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਉਹ ਕਹਿੰਦੇ ਕਿਸਾਨ ਦੀ ਹਾਲਤ ਬਹੁਤ ਵਧੀਆ ਹੋ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਟੀਚਾ ਵੀ ਦਿੱਤਾ ਸੀ ਕਿ ਅਸੀਂ 5 ਵਰ੍ਹਿਆਂ ਦੇ ਵਿੱਚ ਭਾਰਤ ਦੇ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਣੀ ਹੈ ਠੀਕ ਹੈ ਉਹਨਾਂ ਦੇ ਟੀਚੇ ਬਹੁਤ ਚੰਗੇ ਹੋਣਗੇ ਪਰ ਪੂਰੇ ਦੇਸ਼ ਦੇ ਵਿੱਚ ਜਿਹੜਾ ਜਿਹੜਾ ਵੀ ਸੂਬਾ ਖੇਤੀ ਪ੍ਰਧਾਨ ਹੈ ਉਸ ਸੂਬੇ ਦੇ ਵਿੱਚ ਸੁਖਨੈਬ ਜੀ ਆਤਮ ਹੱਤਿਆਵਾਂ ਕਿਸਾਨਾਂ ਦੀਆਂ ਹੋ ਰਹੀਆਂ ਖੇਤ ਮਜ਼ਦੂਰ ਫਾਹੇ ਲੈ ਰਹੇ ਇਹ ਇੱਕ ਸੱਚਾਈ ਹੈ ਭਾਰਤ ਦੇਸ਼ ਦੀ 2016-17 ਦੇ ਵਿੱਚ ਜੀ ਮੋਦੀ ਸਾਹਿਬ ਲੱਖ ਯਤਨ ਕਰਨ ਸ਼ਬਦ ਦੀ ਹੇਰ ਫੇਰ ਕਰਕੇ ਇਹਦੇ ਤੋਂ ਮਨਕਰ ਹੋਣਾ ਹੋ ਨਹੀਂ ਸਕਦੇ ਅੱਜ ਨਹੀਂ ਤਾਂ ਕੱਲ ਅਸਲੀਅਤ ਜਿਹੜੀ ਹੈ ਉਹ ਸਾਹਮਣੇ ਆਉਣੀ ਹੈ ਜੀ ਕਿਸਾਨਾਂ ਦੇ ਲਈ ਸਹੀ ਅਰਥਾਂ ਦੇ ਵਿੱਚ ਨਹੀਂ ਕੁਝ ਹੋ ਸਕਿਆ ਤੁਸੀਂ ਉਹਨਾਂ ਦਾ ਹਲਕਾ ਜਿਹਾ ਕਰਜ਼ਾ ਮਾਫ਼ ਕਰ ਦਿਓ ਤੁਸੀਂ ਕਿਸਾਨਾਂ ਦੇ ਲਈ ਕੁਦਰਤੀ ਕਰੋਪੀ ਹੁੰਦੀ ਹੈ ਹਲਕਾ ਜਿਹਾ ਕੋਈ ਬੀਮਾ ਰੱਖ ਦਿਓ ਤੁਸੀਂ ਮੰਡੀਆਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦਿਓ ਇਹ ਆਰਜ਼ੀ ਤੌਰ ਤੇ ਹੱਲ ਨੇ ਅਸਲ ਦੇ ਵਿੱਚ ਸਮੁੱਚੇ ਖੇਤੀਬਾੜੀ ਦੇ ਢਾਂਚੇ ਨੂੰ ਸੰਕਟ ਦੇ ਵਿੱਚੋਂ ਬਾਹਰ ਕੱਢਣ ਦੇ ਲਈ 2-3 ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੇ ਵਿੱਚੋਂ ਮੋਦੀ ਸਾਹਿਬ ਦੀ ਸਰਕਾਰ ਨੇ ਕੋਈ ਨਹੀਂ ਕੀਤੀ ਜੀ ਇੱਕ ਤਾਂ ਮੰਡੀਕਰਨ ਦੀ ਵਿਵਸਥਾ ਦਰੁਸਤ ਹੋਵੇ ਦੂਸਰਾ ਜਿਹੜੀ ਚੀਜ਼ ਕਿਸਾਨ ਪੈਦਾ ਕਰਦਾ ਉਤਪਾਦਨ ਕਰਦਾ ਜਿਹੜਾ ਉਹਦਾ ਉਹਨੂੰ ਘੱਟੋ ਘੱਟ ਮੁੱਲ ਜ਼ਰੂਰ ਮਿਲੇ ਤੇ ਮੁੱਲ ਇੰਨਾ ਕੁ ਹੋਵੇ ਕਿ ਲਾਗਤ ਨਿਕਲਣ ਦੇ ਨਾਲ ਨਾਲ ਅਗਲੀ ਫਸਲ ਬੀਜਣ ਦੇ ਲਈ ਉਹਦੇ ਕੋਲ ਠੀਕ ਪੈਸੇ ਜ਼ਰੂਰ ਆ ਜਾਣ ਕਿਉਂਕਿ ਜੇ ਲਾਗਤ ਮੁੱਲ ਹੀ ਮਸਾ ਮਿਲਿਆ ਅਗਲੀ ਫਸਲ ਬੀਜੂਗਾ ਕਿੱਥੋਂ ਕਰਜ਼ਾ ਲਊਗਾ ਕਰਜ਼ਾ ਫਿਰ ਉਤਰਨਾ ਕਿਵੇਂ ਆ ਇਹਦੇ ਨਾਲ ਨਾਲ ਇੱਕ ਗੱਲ ਵੀ ਮੋਦੀ ਸਾਹਿਬ ਨੂੰ ਖਿਆਲ ਰੱਖਣਾ ਚਾਹੀਦਾ ਕਿ ਜੇ ਕਿਸਾਨ ਦਾ ਉਤਪਾਦਨ ਠੀਕ ਨਹੀਂ ਹੁੰਦਾ ਤੁਸੀਂ ਦਾਲਾਂ ਬਾਹਰੋਂ ਮੰਗਾਉਣੀ ਕਈ ਵਾਰ ਤੁਹਾਨੂੰ ਕਣਕ ਮੰਗਾਉਣੀ ਪੈਂਦੀ ਹੈ ਮੱਕੀ ਮੰਗਾਉਣੀ ਪੈਂਦੀ ਹੈ ਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਤੁਸੀਂ ਮੰਗਾਉਣੇ ਹੋ ਬਾਹਰੋਂ ਜੋ ਇੰਨਾ ਕਿਰਾਇਆ ਭਾੜਾ ਖਰਚ ਕੇ ਮੰਗਵਾਉਣੇ ਹੋ ਵਿੱਚੋਂ ਕਮਿਸ਼ਨਾਂ ਦਾ ਚੱਕਰ ਫਿਰ ਮੁੜ ਕੇ ਦੋਸ਼ ਲੱਗਣ ਲੱਗ ਪੈਂਦੇ ਆ ਇਹਦੇ ਨਾਲੋਂ ਤੁਸੀਂ ਆਪਣੇ ਪੰਜਾਬ ਦੇ ਭਾਰਤ ਦੇ ਕਿਸਾਨਾਂ ਨੂੰ ਠੀਕ ਪੈਸੇ ਦੇ ਦਿਓ ਉਹਨਾਂ ਦੀ ਫਸਲ ਦੇ ਜੇ ਬਾਕੀ ਲੋਕਾਂ ਨੂੰ ਲੱਗਦਾ ਕਿ ਭਾਈ ਮਹਿੰਗੇ ਭਾਅ ਵਿਕਦੀ ਹੈ ਤੇ ਤੁਸੀਂ ਕਿਸਾਨਾਂ ਨੂੰ ਆਪਣੇ ਕੋਲੋਂ ਥੋੜੇ ਜਿਹੇ ਪੈਸੇ ਦੇ ਦਿਓ ਲੋਕਾਂ ਨੂੰ ਥੋੜੀ ਸਸਤੀ ਚੀਜ਼ ਦੇ ਦਿਓ ਮਾਰਕੀਟ ਦੇ ਵਿੱਚ ਪਰ ਇੱਦਾਂ ਦਾ ਕੋਈ ਵੀ ਕੰਮ ਮੋਦੀ ਸਾਹਿਬ ਦੀ ਸਰਕਾਰ ਅਜੇ ਤੱਕ 3 ਵਰ੍ਹਿਆਂ ਦੇ ਵਿੱਚ ਕਰਨ ਚ ਕਾਮਯਾਬ ਨਹੀਂ ਹੋਈ ਲੱਖ ਆਖੀ ਜਾਣ ਤੇ ਸਾਰਾ ਕੁਝ ਠੀਕ ਹੈ ਪਰ ਇਹ ਗੱਲ ਇੱਕ ਸੱਚਾਈ ਬਣ ਚੁੱਕੀ ਹੈ ਕਿ ਜਿਹੜੇ ਜਿਹੜੇ ਵੀ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਅੰਦੋਲਨ ਕੁਝ ਸੂਬਿਆਂ ਦੇ ਵਿੱਚ ਭੜਕ ਚੁੱਕਿਆ ਤੇ ਕੁਝ ਸੂਬਿਆਂ ਦੇ ਵਿੱਚ ਭੜਕਣ ਵਾਲਾ ਆਪਾਂ ਮਹਾਰਾਸ਼ਟਰ ਦੀ ਗੱਲ ਪਿਛਲੇ ਦਿਨਾਂ ਦੇ ਵਿੱਚ ਕੀਤੀ ਸੀ ਅੱਜ ਆਪਾਂ ਮੱਧ ਪ੍ਰਦੇਸ਼ ਤੋਂ ਹੁੰਦੇ ਹੋਏ ਹਰਿਆਣਾ ਯੂਪੀ ਰਾਜਸਥਾਨ ਦਾ ਸਫ਼ਰ ਕਰਕੇ ਦੁਬਾਰਾ ਮਹਾਰਾਸ਼ਟਰ ਪਹੁੰਚਣਾ ਹੁਣ ਮਹਾਰਾਸ਼ਟਰ ਦੇ ਵਿੱਚ 1 ਜੂਨ ਤੋਂ ਦੁੱਧ ਦੀ ਸਪਲਾਈ ਸ਼ਹਿਰਾਂ ਨੂੰ ਠੱਪ ਹੈ ਸਬਜ਼ੀਆਂ ਫਰੂਟ ਨਹੀਂ ਜਾ ਰਿਹਾ ਦੁੱਗਣੀਆਂ ਤਿੱਗਣੀਆਂ ਚੌਗਣੀਆਂ ਕੀਮਤਾਂ ਹੋ ਗਈਆਂ ਲੋਕਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਮੁੱਖ ਮੰਤਰੀ ਦਵਿੰਦਰ ਫੜਨਵੀਸ ਕਹੀ ਜਾਂਦੇ ਨੇ ਕਿ ਭਾਈ ਅਸੀਂ ਕਰਜ਼ਾ ਮਾਫ਼ ਕਰ ਦੇਣਾ ਪਰ ਕਿਸਾਨ ਕਹਿੰਦੇ ਆ ਕਿ ਭਾਈ ਹੁਣ ਤਾਂ ਜਨਤਕ ਕਚਹਿਰੀ ਦੇ ਵਿੱਚ ਆ ਕੇ ਹੱਥ ਵੱਢ ਕੇ ਦੇ ਲਿਖ ਕੇ ਦੇ ਅਸੀਂ ਫਿਰ ਮੰਨਣਾ ਹੈ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਵਿੱਚ ਤਕਰੀਬਨ ਇਹ ਸਾਰਾ ਮਸਲਾ 2 ਦਹਾਕਿਆਂ ਦੇ ਬਾਅਦ ਭਾਰਤ ਦੇ ਵਿੱਚ ਇੰਨਾ ਹੋਇਆ ਜੋ ਮੱਧ ਪ੍ਰਦੇਸ਼ ਵੀ ਹੋਇਆ ਕਿਸਾਨ ਅੰਦੋਲਨ ਹਿੰਸਕ ਹੋ ਗਿਆ ਅੱਜ 7ਵਾਂ ਦਿਨ ਸੀ ਮਾਨਸੌਰ ਜ਼ਿਲ੍ਹੇ ਦੇ ਵਿੱਚ ਜਿੱਥੇ ਕੱਲ 6 ਕਿਸਾਨਾਂ ਦੀ ਹੱਤਿਆ ਹੋ ਗਈ ਸੀ ਗੋਲੀਬਾਰੀ ਦੇ ਵਿੱਚ ਜਿਹੜੇ ਕਿ ਅੰਦੋਲਨ ਕਰ ਰਹੇ ਸੀ ਹੁਣ 6 ਕਿਸਾਨ ਮਾਰੇ ਗਏ ਸੀ ਗੋਲੀ ਦੇ ਵਿੱਚ ਸਰਕਾਰ ਕਹਿੰਦੀ ਪੁਲਿਸ ਵਾਲਿਆਂ ਨੇ ਤਾਂ ਘੋੜਾ ਨੱਪਿਆ ਹੀ ਨਹੀਂ ਘੋੜਾ ਕਹਿੰਦੇ ਨੱਪਿਆ ਕਿਸੇ ਹੋਰ ਵਿਅਕਤੀ ਨੇ ਗੋਲੀਆਂ ਕਿਸੇ ਹੋਰ ਨੇ ਚਲਾਈਆਂ ਸਾਡੀ ਸਰਕਾਰ ਨੂੰ ਸਾਡੀ ਪੁਲਿਸ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ ਉਹ ਕਾਂਗਰਸ ਵੱਲ ਉਂਗਲਾਂ ਕਰੀ ਜਾਂਦੇ ਕਿਉਂਕਿ ਬੀਜੇਪੀ ਦੀ ਸਰਕਾਰ ਹੈ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਚ ਜੀ ਇਹ ਸੱਚਾਈ ਹੈ ਕਿ ਕਿਸਾਨ ਮਰੇ ਨੇ ਦੋਵੇਂ ਤਰ੍ਹਾਂ ਕਹੀ ਜਾਣ ਕਿ ਭਾਈ ਅਸੀਂ ਨਹੀਂ ਚਲਾਈ ਪਰ ਕਿਤੇ ਨਾ ਕਿਤੇ ਸਰਕਾਰ ਇਸ ਕਰਕੇ ਕਟਹਿਰੇ ਦੇ ਵਿੱਚ ਖੜੀ ਹੈ ਕਿ ਕਿਸਾਨਾਂ ਨੇ ਜਿਹੜੀਆਂ ਮੰਗਾਂ ਉਹਨਾਂ ਦੇ ਸਾਹਮਣੇ ਰੱਖੀਆਂ ਸੀ ਉਹ ਮੰਨਣੀਆਂ ਚਾਹੀਦੀਆਂ ਸੀ ਜੇ ਮੱਧ ਪ੍ਰਦੇਸ਼ ਦਾ ਕਿਸਾਨ ਸੁਖਨੈਬ ਜੀ ਇਹ ਗੱਲ ਆਖਦਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਸਿਫਾਰਸ਼ਾਂ ਲਾਗੂ ਕਰੋ ਕਿਹੜਾ ਗੁਨਾਹ ਕਰਦਾ ਭਾਰਤੀ ਸੰਵਿਧਾਨ ਦੇ ਅਨੁਸਾਰ ਮੋਦੀ ਸਾਹਿਬ ਦੇ ਆਪਣੇ ਭਾਸ਼ਣ ਰਿਕਾਰਡ ਨੇ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਜਦੋਂ ਉਹ ਭਾਸ਼ਣ ਦਿੰਦੇ ਪ੍ਰਚਾਰ ਕਰਦੇ ਕਹਿੰਦੇ ਹੁੰਦੇ ਸੀ ਸਰਕਾਰ ਬਣਾ ਦਿਓ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਾਂਗੇ
ਤੇ ਅੱਜ ਜੇ ਮੋਦੀ ਸਾਹਿਬ ਨੂੰ ਉਹਨਾਂ ਦੇ ਆਪਣੇ ਕੀਤੇ ਵਾਅਦਿਆਂ ਦਾ ਮੱਧ ਪ੍ਰਦੇਸ਼ ਦਾ ਕਿਸਾਨ ਚੇਤੇ ਕਰਾਉਂਦਾ, ਉਹਨੂੰ ਸ਼ਾਬਾਸ਼ੀ ਮਿਲਣੀ ਚਾਹੀਦੀ ਹੈ ਕਿ ਗੋਲੀਆਂ ਮਿਲਣੀਆਂ ਚਾਹੀਦੀਆਂ? ਜੇ ਕਿਸਾਨ ਕਹਿੰਦਾ ਕਿ ਮੈਂ ਫਸਲ ਬੀਜੀ, ਮੈਂ ਫਸਲ ਪਾਲੀ, ਮੈਂ ਫਸਲ ਵੱਢੀ, ਮੈਂ ਫਸਲ ਮੰਡੀ ਚ ਲੈ ਕੇ ਆਇਆ, ਮੈਨੂੰ ਠੀਕ ਮੁੱਲ ਦੇ ਦਿਓ, ਕਿੱਡਾ ਕੁ ਗੁਨਾਹ ਕਰਦਾ? ਦੁਨੀਆਂ ਦਾ ਕੋਈ ਵੀ ਕਾਨੂੰਨ ਰਾਜਾਸ਼ਾਹੀ ਹੋਵੇ, ਲੋਕਤੰਤਰ ਹੋਵੇ, ਸੰਸਦੀ ਪ੍ਰਣਾਲੀ ਹੋਵੇ, ਜਿਹੜੀ ਮਰਜ਼ੀ ਪ੍ਰਣਾਲੀ ਹੋਵੇ, ਪ੍ਰਧਾਨਗੀ ਪ੍ਰਣਾਲੀ ਹੋਵੇ, ਕਿਸੇ ਵੀ ਪ੍ਰਣਾਲੀ ਦੇ ਵਿੱਚ ਕਿਸਾਨ ਜੀ ਇਹ ਮੰਗ ਕਰਦਾ ਤਾਂ ਉਹਨੂੰ ਗਲਤ ਨਹੀਂ ਕਿਹਾ ਜਾ ਸਕਦਾ। ਪਰ ਸਾਡੇ ਦੇਸ਼ ਦੇ ਵਿੱਚ ਅੱਗੋਂ ਲਾਠੀਚਾਰਜ ਮਿਲ ਰਿਹਾ, ਅੱਗੋਂ ਅੱਥਰੂ ਗੈਸ ਤੇ ਗੋਲੇ ਮਿਲ ਰਹੇ, ਅੱਗੋਂ ਗੋਲੀਆਂ ਮਿਲ ਰਹੀਆਂ। ਹੈਰਾਨੀ ਦੀ ਗੱਲ ਹੈ ਕਿ ਇਸ ਸੁੱਚੇ ਘਟਨਾਕ੍ਰਮ ਦੇ ਵਿੱਚ ਜਿੱਧਰਲੇ ਪਾਸੇ ਨੂੰ ਟੈਕਨੋਲੋਜੀ ਅੰਦੋਲਨ ਚਲੀ ਜਾਂਦਾ, ਕੱਲ ਨੂੰ ਹੋ ਸਕਦਾ ਕਸੂਰ ਕਿਸਾਨਾਂ ਦਾ ਨਿਕਲੇ, ਕਿਉਂਕਿ 13 ਬੱਸਾਂ ਸਮੇਤ 150 ਗੱਡੀਆਂ ਨੂੰ ਅੱਜ ਅੱਗ ਲਾ ਕੇ ਫੂਕ ਦਿੱਤਾ ਗਿਆ। ਖਾਸ ਤੌਰ ਦੇ ਉੱਤੇ ਭੋਪਾਲ ਇੰਦੌਰ ਦਾ ਜਿਹੜਾ ਹਾਈਵੇ ਹੈ, ਦੇਵਾਸ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਅੱਗਜਨੀ ਹੋਈ। ਇੱਥੋਂ ਤੱਕ ਮੱਧ ਪ੍ਰਦੇਸ਼ ਦੇ ਵਿੱਚ ਹਾਲਾਤ ਹੋ ਗਏ ਕਿ ਖਾਣਾ ਫੂਕ ਦਿੱਤਾ। ਦੇਵਾਸ ਇੰਦੌਰ ਰੋਡ ਜਿਹੜਾ 4 ਘੰਟੇ ਬੰਦ ਰਿਹਾ। ਕੁੱਲ ਮਿਲਾ ਕੇ 20 ਤੋਂ ਵੱਧ ਪੁਲਿਸ ਦੇ ਕਰਮਚਾਰੀ ਜਿਹੜੇ ਉਹ ਜ਼ਖਮੀ ਨੇ। ਇੱਥੋਂ ਤੱਕ ਹਾਲਾਤ ਮਾੜੇ ਹੋ ਗਏ ਕਿ ਮੰਦਸੌਰ ਜ਼ਿਲ੍ਹੇ ਦੇ ਵਿੱਚ ਜਿਹੜੇ 6 ਕਿਸਾਨ ਮਾਰੇ ਗਏ ਸੀ ਗੋਲੀਬਾਰੀ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਕਿਸਾਨ ਦਾ ਸੰਸਕਾਰ ਸੀ, ਕਲੈਕਟਰ ਉੱਥੇ ਪਹੁੰਚਿਆ ਹੋਇਆ ਸੀ, ਐਸਪੀ ਉੱਥੇ ਪਹੁੰਚਿਆ ਹੋਇਆ ਸੀ, ਉੱਥੇ ਕਲੈਕਟਰ ਤੇ ਐਸਪੀ ਦਾ ਰੱਜ ਕੇ ਕਿਸਾਨਾਂ ਨੇ ਕਟਾਪਾ ਚਾੜਿਆ। ਇਹਦੇ ਤੋਂ ਬਾਅਦ ਹਾਲਾਤ ਇੰਨੇ ਵਿਗੜ ਗਏ ਕਿ ਜਿਹੜੇ ਪੁਲਿਸ ਦੇ 150 ਵਿਅਕਤੀ ਕਰਮਚਾਰੀ ਉੱਥੇ ਸੁਰੱਖਿਆ ਦੇ ਲਈ ਖੜੇ ਸੀ, ਲੋਕ ਉਹਨਾਂ ਦੇ ਪਿੱਛੇ ਭੱਜੇ। ਪੁਲਿਸ ਵਾਲੇ ਸ਼ਮਸ਼ਾਨ ਘਾਟ ਤੋਂ ਲੈ ਕੇ ਪੁਲਿਸ ਥਾਣੇ ਤੱਕ ਮੂਹਰੇ ਮੂਹਰੇ ਲੋਕੀ ਪਿੱਛੇ ਪਿੱਛੇ ਥਾਣੇ ਦੇ ਅੰਦਰ ਵੜ ਕੇ ਜਾਨ ਬਚਾਈ। ਦੋ ਪੁਲਿਸ ਚੌਕੀਆਂ ਹੋਰ ਫੂਕ ਦਿੱਤੀਆਂ, ਇੱਕ ਆਮ ਘਰ ਜਿਹੜਾ ਫੂਕ ਦਿੱਤਾ ਗਿਆ। ਇੱਥੋਂ ਤੱਕ ਹਾਲਾਤ ਹੋ ਗਏ ਮੋਦੀ ਸਾਹਿਬ ਦੇ ਰਾਜ ਦੇ ਵਿੱਚ, ਸ਼ਿਵਰਾਜ ਸਿੰਘ ਚੌਹਾਨ ਦੀ ਮੱਧ ਪ੍ਰਦੇਸ਼ ਦੀ ਸਰਕਾਰ ਦੇ ਵਿੱਚ, ਕਿ ਮੰਦਸੌਰ ਜ਼ਿਲ੍ਹੇ ਦੇ ਵਿੱਚ ਕਰਫਿਊ ਲਾਉਣਾ ਪੈ ਗਿਆ, ਉੱਥੇ ਇੰਟਰਨੈਟ ਦੀਆਂ ਸੇਵਾਵਾਂ ਠੱਪ ਕਰਨੀਆਂ ਪੈ ਗਈਆਂ। ਉਖਨੈਰ ਜੀ, ਕਿੱਡੀ ਕੁ ਵੱਡੀ ਅਰਾਜਕਤਾ ਫੈਲੀ ਹੋਈ ਹੈ ਜੀ। ਕਸ਼ਮੀਰ ਦੇ ਤੋਂ ਬਾਅਦ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਦੂਸਰਾ ਸੂਬਾ ਜਿੱਥੇ ਕਰਫਿਊ ਵੀ ਲੱਗਿਆ ਕੁਝ ਇਲਾਕਿਆਂ ਦੇ ਵਿੱਚ, ਤੇ ਇੰਟਰਨੈਟ ਦੀਆਂ ਸੇਵਾਵਾਂ ਬੰਦ ਕਰਨੀਆਂ ਪਈਆਂ ਜੀ। ਪਰ ਇਹ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਬਿਲਕੁਲ ਚੰਗੇ ਸਾਈਨ ਨਹੀਂ, ਬਿਲਕੁਲ ਚੰਗੇ ਸੰਕੇਤ ਨਹੀਂ ਕਿ ਲੋਕਾਂ ਨੂੰ ਇੰਟਰਨੈਟ ਤੋਂ ਵਾਂਝਾ ਕੀਤਾ ਜਾ ਰਿਹਾ। ਚਲੋ ਠੀਕ ਹੈ, ਫੌਰੀ ਤੌਰ ਦੇ ਉੱਤੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕਿ ਇੱਕ ਦੂਜੇ ਨੂੰ ਤੁਸੀਂ ਖਬਰ ਨਾ ਦੇ ਸਕੋ ਕਿ ਭਾਈ ਆਪਾਂ ਇੱਥੇ ਇਕੱਠੇ ਹੋਣਾ ਜਾਂ ਉੱਥੇ ਇਕੱਠੇ ਹੋਣਾ, ਪਰ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਕਿਉਂ, ਇਧਰਲੇ ਪਾਸੇ ਨੂੰ ਗੱਲ ਗਈ ਕਿਉਂ, ਉਹ ਸਾਰੀ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਮੋਦੀ ਸਾਹਿਬ ਦੀ ਸਰਕਾਰ ਨੂੰ, ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਨੂੰ ਸੋਚਣੀ ਪੜਤਾਲਣੀ ਬਣਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਬਹੁਤ ਔਖਾ ਹੋਜੂ। ਹੁਣ ਕਿਸਾਨ ਜਿਹੜੇ ਨੇ ਉਹਨਾਂ ਦੇ ਵਿੱਚ ਕਿੰਨੇ ਕੁ ਚੰਗੇ ਨੇ, ਕਿੰਨੇ ਕੁ ਮਾੜੇ ਪਤਾ ਨਹੀਂ, ਪਰ ਜੇ ਬੱਸਾਂ ਫੂਕੀਆਂ, ਜੇ ਟਰੱਕ ਫੂਕੇ, ਜੇ ਆਮ ਟੈਕਸੀਆਂ ਫੂਕੀਆਂ, ਕੋਈ ਸਿਆਣਪ ਵਾਲੀ ਗੱਲ ਨਹੀਂ ਕੀਤੀ, ਕਿਉਂਕਿ ਆਮ ਬੰਦੇ ਨੇ ਪਤਾ ਨਹੀਂ ਟੈਕਸੀ ਸਰਕਾਰ ਦੀ ਕਿੱਦਾਂ ਪਾਈ ਹੁੰਦੀ, ਕਿੰਨੀਆਂ ਕਿਸ਼ਤਾਂ ਦਿੱਤੀਆਂ ਤੇ ਕਿੰਨੀਆਂ ਰਹਿੰਦੀਆਂ ਜੀ। ਇੱਕ ਬੰਦਾ ਪਤਾ ਨਹੀਂ ਟਰੱਕ ਚਲਾਉਂਦਾ, ਇੱਕ ਟਰੱਕ ਕਿਰਾਏ ਤੇ ਲਿਆ ਕਿ ਟਰੱਕ ਦਾ ਆਪਣਾ ਸੈਕਿੰਡ ਹੈਂਡ ਹੈ ਕਿ ਫਸਟ ਹੈਂਡ ਲਿਆ, ਕੁਝ ਪਤਾ ਹੀ ਨਹੀਂ ਜੀ। ਬਹੁਤ ਸਾਰੇ ਲੋਕਾਂ ਦੇ ਇਸ ਤਰੀਕੇ ਦੇ ਨਾਲ ਵੱਡੇ ਨੁਕਸਾਨ ਹੋ ਗਏ, ਪਰ ਕਿਸਾਨ ਨੂੰ ਵੀ ਪਤਾ ਨਹੀਂ ਲੱਗਦਾ ਕਿ ਜੇ ਆਪਾਂ ਇਹ ਕੰਮ ਨਾ ਕਰੀਏ ਤਾਂ ਐਸਾ ਕਿਹੜਾ ਕੰਮ ਕਰੀਏ ਜਿਹਦੇ ਨਾਲ ਸਰਕਾਰ ਦੇ ਉੱਤੇ ਦਬਾਅ ਪੈ ਜਾਏ ਜੀ। ਸੋ ਕੁੱਲ ਮਿਲਾ ਕੇ ਜੇ ਕਰਫਿਊ ਲੱਗਾ ਉਹ ਵੀ ਮਾੜਾ, ਜੇ ਕਿਸਾਨ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੁੰਦਾ ਉਹ ਵੀ ਮਾੜਾ, ਜੇ ਬੱਸ ਫਾੜ ਦਿੱਤੀ ਗਈ ਹੈ, ਲੋਕਾਂ ਨੇ ਭੱਜ ਭੱਜ ਕੇ ਖੇਤਾਂ ਦੇ ਵਿੱਚ ਵੜ ਕੇ ਜਾਨ ਬਚਾਈ ਹੈ, ਛੋਟੇ ਛੋਟੇ ਬੱਚੇ ਇੰਨੀ ਗਰਮੀ ਦੇ ਵਿੱਚ ਖੇਤਾਂ ਦੇ ਵਿੱਚ ਤਾੜੇ ਹੋਏ ਵਿਲਕਦੇ ਰਹੇ ਨੇ ਸਵਾਰੀਆਂ, ਉਹ ਵੀ ਮਾੜਾ, ਤੇ ਭਾਰਤ ਕਿੱਧਰ ਨੂੰ ਜਾ ਰਿਹਾ? ਅਨਦਾਤਾ ਖਵਾਉਂਦਾ ਕਿਸਾਨ ਅੱਜ ਹੱਥ ਦੇ ਵਿੱਚ ਡਾਂਗ ਫੜ ਕੇ ਇਹ ਭੰਨ ਤੋੜ ਕਰ ਰਿਹਾ, ਉਹ ਕਾਹਦੇ ਲਈ, ਉਹਨੂੰ ਇਸ ਗੱਲ ਦੇ ਲਈ ਮਜਬੂਰ ਕਿਹਨੇ ਕੀਤਾ? ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਪੜਤਾਲਣੀਆਂ ਬਹੁਤ ਜ਼ਰੂਰੀ ਨੇ। ਹੁਣ ਅੱਗੇ ਸੁਖਨੈਬ ਜੀ, ਮੈਨੂੰ ਜਿਹੜੀ ਚੀਜ਼ ਨਜ਼ਰ ਆ ਰਹੀ ਹੈ, ਹੋਵੇ ਨਾ ਹੋਵੇ ਇੱਕ ਵੱਖਰੀ ਗੱਲ ਹੈ ਜੀ। ਰਾਜਸਥਾਨ ਦੇ ਵਿੱਚ, ਯੂਪੀ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਕਿਸਾਨਾਂ ਨੇ ਕਮਰ ਕੱਸਣੀ ਸ਼ੁਰੂ ਕਰਤੀ, ਕਿਉਂਕਿ ਜਦੋਂ ਮਹਾਰਾਸ਼ਟਰ ਦੇ ਵਿੱਚ ਕਿਸਾਨਾਂ ਨੇ ਅੰਦੋਲਨ ਕੀਤਾ, ਮੁੱਖ ਮੰਤਰੀ ਨੂੰ ਕਹਿਣਾ ਪੈ ਗਿਆ ਮੈਂ ਕਰਜ਼ਾ ਮਾਫ਼ ਕਰੂੰਗਾ, ਮੈਨੂੰ ਥੋੜੇ ਦਿਨ ਦੇ ਦਿਓ ਜੀ। ਦੂਜੇ ਪਾਸੇ ਅੱਜ ਮਹਾਰਾਸ਼ਟਰ ਦੇ ਵਿੱਚ ਕੈਬਨਿਟ ਦੀ ਮੀਟਿੰਗ ਸੀ, ਸ਼ਿਵ ਸੈਨਾ ਨੇ ਬਾਈਕਾਟ ਕਰਤਾ, ਕਹਿੰਦੇ ਅਸੀਂ ਨਹੀਂ ਜਾਣਾ ਜਮੀਦਰ, ਤੁਸੀਂ ਕਰਜ਼ਾ ਨਹੀਂ ਮਾਫ਼ ਕਰਦੇ, ਭਾਈਵਾਲ ਤੁਹਾਡੇ ਹੈਗੇ ਆ, ਪਰ ਉੱਦਾਂ ਕਿਸਾਨਾਂ ਦੇ ਨਾਲ ਖੜੇ ਆ ਜੀ। ਸਿਆਸਤ ਉਹਨਾਂ ਨੇ ਵੀ ਕਰਨੀ ਸ਼ੁਰੂ ਕਰਤੀ। ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਮੈਂ ਮੰਦਸੌਰ ਜ਼ਿਲ੍ਹੇ ਦੇ ਵਿੱਚ ਜਾਣਾ, ਪਹੁੰਚ ਤਾਂ ਨਹੀਂ ਹੋਇਆ, ਪਰ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਰੰਗ ਫੜਨੇ। ਹੁਣ ਹਾਲਾਤ ਇਹ ਨੇ, ਰਾਜਸਥਾਨ, ਯੂਪੀ ਤੇ ਹਰਿਆਣਾ ਤਿੰਨਾਂ ਸੂਬਿਆਂ ਦੇ ਵਿੱਚ ਕਿਸੇ ਵੀ ਵੇਲੇ ਕਿਸਾਨਾਂ ਦੇ ਕਰਜ਼ੇ ਦੇ ਮੁੱਦੇ ਦੇ ਉੱਤੇ, ਕਿਸਾਨਾਂ ਦੀ ਫਸਲ ਦੇ ਪੂਰੇ ਮੁੱਲ ਦੇ ਮੁੱਦੇ ਦੇ ਉੱਤੇ ਕਿਸਾਨ ਅੰਦੋਲਨ ਪੱਕ ਸਕਦਾ, ਭੜਕ ਸਕਦਾ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਭੜਕ ਸਕਦਾ। ਤਿੰਨਾਂ ਹੀ ਸੂਬਿਆਂ ਦੇ ਵਿੱਚ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਾਂਗੂ ਬੀਜੇਪੀ ਦੀਆਂ ਸਰਕਾਰਾਂ ਜੀ, ਬੀਜੇਪੀ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਸੁਖਨੈਬ ਜੀ ਖੜੀ ਹੋ ਜਾਣੀ ਹੈ, ਕਿਉਂਕਿ ਜੇ ਆਪਾਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਯੂਪੀ, ਰਾਜਸਥਾਨ, ਹਰਿਆਣੇ ਦੀਆਂ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਕਰ ਲਈਏ,
ਤਾਂ ਭਾਰਤੀ ਜਨਤਾ ਪਾਰਟੀ ਮੁੱਖ ਤੌਰ ਤੇ ਸਰਵਾਈ ਵੀ ਇੱਥੋਂ ਕਰਦੀ ਹੈ। ਜੇ ਉੱਥੋਂ ਦਾ ਕਿਸਾਨ ਵਰਗ, ਉੱਥੋਂ ਦਾ ਖੇਤ ਮਜ਼ਦੂਰ ਜਿਹੜਾ ਉਹ ਸੂਬੇ ਦੀਆਂ ਸਰਕਾਰਾਂ ਦੇ ਖਿਲਾਫ ਆ ਕੇ ਖੜਾ ਹੋ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੇ ਪੱਲੇ ਕੱਖ ਨਹੀਂ ਬਚਣਾ। ਆਮ ਆਦਮੀ ਪਾਰਟੀ ਨੇ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਕਿ ਅਸੀਂ 10 ਜੂਨ ਤੋਂ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਅੰਦੋਲਨ ਸ਼ੁਰੂ ਕਰਨਾ। ਅੰਦੋਲਨ ਸ਼ੁਰੂ ਕਰਦੇ ਆ ਕਿ ਨਹੀਂ ਕਰਦੇ ਇੱਕ ਵੱਖਰੀ ਗੱਲ ਹੈ, ਪਰ ਮੈਨੂੰ ਹੁਣ ਇੱਕ ਗੱਲ ਨਜ਼ਰ ਆਉਂਦੀ ਹੈ ਕਿ ਇਹਨਾਂ 5 ਸੂਬਿਆਂ ਦੇ ਵਿੱਚ 2 'ਚ ਸੰਘਰਸ਼ ਸ਼ੁਰੂ ਹੋ ਗਿਆ, 3 'ਚ ਸੰਭਾਵਨਾ ਹੈ। ਕੋਈ ਗੈਰ ਸਿਆਸੀ ਵਿਅਕਤੀ ਉੱਠੂ, ਕੋਈ ਗੈਰ ਸਿਆਸੀ ਜਥੇਬੰਦੀ ਉੱਠੂ, ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਪਹਿਲਾਂ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਤੋਂ ਅੱਗੇ ਵੱਧ ਕੇ ਇਸ ਸਾਰੇ ਕਿਸਾਨ ਅੰਦੋਲਨ ਨੂੰ ਆਪਣੇ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰੂ। ਉਹ ਜਥੇਬੰਦੀ ਜਿਹੜੀ ਗੈਰ ਸਿਆਸੀ ਹੋਏਗੀ ਉਹ ਆਖਿਰਕਾਰ ਜਾ ਕੇ ਕਿਸਾਨਾਂ ਦੇ ਹੱਕ 'ਚ ਹੀ ਭੁਗਤਣੀ। ਉਹਨੇ ਕਿਤੇ ਨਾ ਕਿਤੇ ਕਿਸਾਨਾਂ ਦੇ ਹਿੱਤ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਕੋਲ, ਸੂਬਾ ਸਰਕਾਰਾਂ ਦੇ ਕੋਲ ਵੇਚ ਦੇਣੇ ਆ। ਉਸ ਸਾਰੀ ਕਿਸਾਨਾਂ ਦੀ ਮੁਹਿੰਮ ਨੂੰ ਖੁੱਲ੍ਹਾ ਕਰਨ ਦਾ ਯਤਨ ਹੋ ਸਕਦਾ ਹੈ। ਉਹਦੇ ਨਾਲ ਇੱਕ ਤਾਂ ਲੋਕਾਂ ਦਾ ਪਹਿਲਾਂ ਪਹਿਲਾਂ ਭਾਵ ਜੀ ਨਿਕਲ ਜੂ, ਲੋਕਾਂ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਉਬਾਲਾ ਨਿਕਲ ਜੂ, ਤੇ ਉਹਦੇ ਨਾਲ ਬੀਜੇਪੀ ਨੂੰ ਬਹੁਤਾ ਵੱਡਾ ਨੁਕਸਾਨ ਨਹੀਂ ਹੋਊ ਕਿ ਭਾਈ ਵਿਰੋਧੀ ਪਾਰਟੀਆਂ ਮਜ਼ਬੂਤ ਨਹੀਂ ਹੋਣਗੀਆਂ। ਇੱਕ ਗੈਰ ਸਿਆਸੀ ਜਥੇਬੰਦੀ ਦੇ ਹੱਥਾਂ ਦੇ ਵਿੱਚ ਦੇ ਕੇ ਇਹ ਸਾਰਾ ਕੁਝ ਜਿਹੜਾ ਕਿਤੇ ਨਾ ਕਿਤੇ ਧਾਰ ਰਹਿਤ ਕੀਤਾ ਜਾ ਸਕਦਾ, ਖੁੰਡਾ ਕੀਤਾ ਜਾ ਸਕਦਾ। ਪਰ ਕੁੱਲ ਮਿਲਾ ਕੇ ਇਹਨਾਂ 2 ਸੂਬਿਆਂ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਕਰਕੇ ਲੱਗਦਾ ਕਿ ਪੂਰੇ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਭੱਖ ਵੀ ਸਕਦਾ। ਮੌਕਾ ਪ੍ਰਸਤ ਲੋਕ ਜਿਹੜੇ ਨੇ, ਲੀਡਰ ਜਿਹੜੇ ਨੇ, ਇਸ ਸਾਰੇ ਮੇਲੇ ਦਾ ਲਾਹਾ ਖੱਟਣ ਦੀ ਕੋਸ਼ਿਸ਼ ਕਰ ਸਕਦੇ ਆ, ਆਪਣੀਆਂ ਹੱਟੀਆਂ ਲਾ ਕੇ, ਆਪਣੀਆਂ ਰੇਹੜੀਆਂ ਲਾ ਕੇ, ਆਪਣੀਆਂ ਚਾਦਰਾਂ ਵਿਛਾ ਕੇ ਸਿਆਸੀ ਸਮਾਨ ਵੇਚਣ ਦੀ ਕੋਸ਼ਿਸ਼ ਕਰ ਸਕਦੇ ਆ, ਤੇ ਕਿਸਾਨਾਂ ਦੇ ਲਈ ਪਰਖ ਵੀ ਕਰੀ ਹੋਏਗੀ ਕਿ ਇਸ ਮੌਕੇ ਦੇ ਉੱਤੇ ਉਹਨਾਂ ਨੇ ਬਚ ਕੇ ਕਿਵੇਂ ਰਹਿਣਾ ਕਿ ਕਿਸੇ ਦੇ ਵੀ ਹੱਥ ਟੋਕੇ ਨਾ ਬਣ ਕੇ ਆਪਣੇ ਹਿੱਤਾਂ ਦੀ ਸੁਰੱਖਿਆ ਦੇ ਲਈ ਮਨੁੱਖਤਾ ਦਾ ਜਿਹੜਾ ਪੱਲਾ ਫੜ ਕੇ ਅੱਗੇ ਉਹਨਾਂ ਨੇ ਵਧਣਾ ਕਿਵੇਂ ਆ, ਕਿਉਂਕਿ ਜੇ ਐਤਕੀ ਵੀ ਵਰਤੇ ਗਏ ਫਿਰ ਬਹੁਤ ਲੰਬਾ ਸਮਾਂ ਲੱਗ ਜਾਣਾ ਦੁਬਾਰਾ ਸੰਘਰਸ਼ ਸ਼ੁਰੂ ਕਰਨ। ਜੀ, ਔਰ ਗੱਲ ਕਰੀਏ ਜੀ ਲੰਬੀ ਵਿਧਾਨ ਸਭਾ ਹਲਕੇ ਦੀ, ਉਦੋਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੇ ਵੀ ਕਹਿੰਦੇ ਸੀ ਕਿ ਭਾਈ ਆਪਾਂ ਵੀ ਇੱਥੇ ਰਿਹਾ ਕਰਨਾ ਗਾ, ਤੇ ਜਰਨੈਲ ਸਿੰਘ ਹੋਰੇ ਵੀ ਕਹਿੰਦੇ ਮੈਨੂੰ ਜਰਨੈਲ ਬਣਾਓ ਕਿ ਸਾਰੀ ਚੌਧਰ ਆਪਾਂ ਇੱਥੋਂ ਸੰਭਾਲਣੀ ਹੈ, ਹਰ ਗੱਲ ਹਰ ਥਾਂ ਦੇ ਉੱਤੇ ਪਹਿਰਾ ਦੇਵਾਂਗੇ, ਹੁਣ ਗਾਇਬ ਹੀ ਆ। ਸੁਖਨੈਬ ਜੀ, ਇਹ ਪੰਜਾਬ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਢੰਗ ਤਰੀਕਾ, ਬਾਕੀ ਸੂਬਿਆਂ ਦੇ ਵਿੱਚ ਕੰਮ ਇੰਨਾ ਨਹੀਂ ਚੱਲਦਾ। ਜਦੋਂ ਵੀ ਕੋਈ ਚੋਣ ਹੁੰਦੀ ਹੈ, ਵਿਧਾਨ ਸਭਾ ਦੀ ਹੋਵੇ, ਲੋਕ ਸਭਾ ਦੀ ਹੋਵੇ, ਕੁਝ ਕੁ ਹਲਕੇ ਵੱਡੇ ਮੁਕਾਬਲਿਆਂ ਦੇ ਕਰਕੇ ਖਿੱਚ ਦਾ ਕੇਂਦਰ ਬਣ ਜਾਂਦੇ ਆ। ਤੁਹਾਨੂੰ ਬਹੁਤ ਸ਼ਿੱਦਤ ਦੇ ਨਾਲ ਯਾਦ ਹੋਏਗਾ ਕਿ ਫਰੀਦਕੋਟ ਲੋਕ ਸਭਾ ਹਲਕਾ ਕਈ ਵਾਰ ਬਾਦਲਾਂ ਦੀ ਤੇ ਜਗਮੀਤ ਬਰਾੜ ਦੀ ਟੱਕਰ ਦੇ ਕਰਕੇ ਉਹ ਬੜਾ ਸੁਰਖੀਆਂ ਦੇ ਵਿੱਚ ਰਿਹਾ, ਉਦੋਂ ਰਿਜ਼ਰਵ ਨਹੀਂ ਸੀ ਹੁੰਦਾ ਹਲਕਾ। ਉਹਦੇ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ, ਬਰਨਾਲਾ ਸਾਹਿਬ, ਢੀਂਡਸਾ ਸਾਹਿਬ ਦੀਆਂ ਜਦੋਂ ਸਿੱਧੀਆਂ ਟੱਕਰਾਂ ਹੁੰਦੀਆਂ ਸੀ, ਉਹਨਾਂ ਟੱਕਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਲੋਕਾਂ ਦਾ ਧਿਆਨ ਉੱਧਰ ਖਿੱਚਿਆ ਜਾਂਦਾ ਸੀ। ਫਿਰ 2009 ਦੀ ਲੋਕ ਸਭਾ ਚੋਣ ਆਈ, ਉਸ ਚੋਣ ਦੇ ਵਿੱਚ ਰਣਿੰਦਰ ਸਿੰਘ ਕਪਤਾਨ ਸਾਹਿਬ ਦਾ ਬੇਟਾ, ਬੀਬੀ ਹਰਸਿਮਰਤ ਕੌਰ ਬਾਦਲ, ਬਾਦਲ ਸਾਹਿਬ ਦੀ ਨੌ, ਉਹਨਾਂ ਦੇ ਵਿੱਚ ਆਪਸੀ ਟੱਕਰ ਹੋਈ, ਲੋਕਾਂ ਦਾ ਧਿਆਨ ਬਠਿੰਡੇ ਵੱਲ ਗਿਆ। 2014 ਦੀ ਚੋਣ ਹੋਈ, 3 ਹਲਕੇ ਜਿਹੜੇ ਖਿੱਚ ਦਾ ਕੇਂਦਰ ਬਣੇ, ਬਠਿੰਡੇ ਮਨਪ੍ਰੀਤ ਬਾਦਲ ਤੇ ਬੀਬੀ ਹਰਸਿਮਰਤ ਬਾਦਲ ਦੀ ਟੱਕਰ, ਸੰਗਰੂਰ ਤੋਂ ਭਗਵੰਤ ਮਾਨ ਤੇ ਢੀਂਡਸਾ ਸਾਹਿਬ ਦੀ ਟੱਕਰ, ਤੇ ਅੰਮ੍ਰਿਤਸਰ ਤੋਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਟੱਕਰ ਜਿਹੜੀ ਸੀਗੀ ਉਹ ਕੈਪਟਨ ਅਮਰਿੰਦਰ ਸਿੰਘ ਤੇ ਅਰੁਣ ਜੇਤਲੀ ਦੇ ਵਰਗੇ ਵੱਡੇ ਲੀਡਰਾਂ ਦੀ ਆਪਸੀ ਟੱਕਰ ਸੀ। ਇਹਨਾਂ 3 ਹਲਕਿਆਂ ਦੇ ਵੱਲ ਲੋਕਾਂ ਦਾ ਧਿਆਨ ਬਹੁਤ ਗਿਆ। ਹੁਣ ਗੱਲ ਕਰਦੇ ਹਾਂ ਤੱਤੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਦੀ। ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ 2 ਹਲਕੇ ਸਭ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ। ਜਲਾਲਾਬਾਦ ਤੋਂ 2 ਮੈਂਬਰ ਪਾਰਲੀਮੈਂਟਾਂ ਦਾ ਉਸ ਵੇਲੇ ਦੇ ਉਪ ਮੁੱਖ ਮੰਤਰੀ ਨਾਲ ਮੁਕਾਬਲਾ ਸੀ, ਸੁਖਬੀਰ ਸਿੰਘ ਬਾਦਲ, ਰਵਨੀਤ ਬਿੱਟੂ ਤੇ ਭਗਵੰਤ ਮਾਨ। ਨਗਰਾਂ ਲੋਕਾਂ ਦੀਆਂ ਟਿੱਕੀਆਂ ਹੋਈਆਂ ਸੀ ਕਿ ਤਿਕੋਣਾ ਮੁਕਾਬਲਾ ਕਿੱਧਰ ਨੂੰ ਜਾਊ। ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਮੌਜੂਦਾ ਮੁੱਖ ਮੰਤਰੀ ਦਾ ਮੁਕਾਬਲਾ ਸੀ ਇੱਕ ਸਾਬਕਾ ਤੇ ਇੱਕ ਸੰਭਾਵੀ ਮੁੱਖ ਮੰਤਰੀ ਦੇ ਨਾਲ, ਕਿਉਂਕਿ ਆਮ ਆਦਮੀ ਪਾਰਟੀ ਨੇ ਜਦੋਂ ਜਰਨੈਲ ਸਿੰਘ ਨੂੰ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਦੀ ਮੈਂਬਰੀ ਛੁਡਵਾ ਕੇ ਅਸਤੀਫਾ ਦਵਾ ਕੇ ਲੰਬੀ ਤੋਂ ਲੜਾਇਆ, ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਜੇ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਜਰਨੈਲ ਸਿੰਘ ਮੁੱਖ ਮੰਤਰੀ ਵੀ ਹੋ ਸਕਦਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਐਲਾਨ ਦਿੱਤਾ ਸੀ ਰਾਹੁਲ ਗਾਂਧੀ ਨੇ ਕਿ ਜੇ ਕਾਂਗਰਸ ਪਾਰਟੀ ਜਿੱਤੀ ਤਾਂ ਸਾਡੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏਗਾ। ਬਾਦਲ ਸਾਹਿਬ ਤਾਂ ਸੀਗੇ ਹੀ ਵੈਸੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਸੀਗੇ ਤੇ ਅੱਗੋਂ ਵੀ ਉਹਨਾਂ ਨੇ ਬਣਨਾ। ਸੋ ਜਦੋਂ ਇੱਕ ਹਲਕੇ ਦੇ ਵਿੱਚ 3 ਬੰਦੇ ਮੁੱਖ ਤੌਰ ਤੇ ਚੋਣ ਲੜਨ, ਤਿੰਨੋਂ ਆਪੋ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਕੋਈ ਐਲਾਨੇ ਤੇ ਕੋਈ ਐਲਾਨੇ ਦਾਅਵੇਦਾਰ ਹੋਣ, ਤਾਂ ਫਿਰ ਲੋਕਾਂ ਨੂੰ ਤਾਂ ਲੱਗੂਗਾ ਕਿ ਭਾਈ ਦੁਨੀਆ ਹਮਾਰੀ ਮੁੱਠੀ ਮੇ ਹੈ। ਲੱਗਦਾ ਵੀ ਸੀ ਲੰਬੀ ਦੇ ਲੋਕਾਂ ਨੂੰ, ਹੈਰਾਨ ਸੀ, ਪਰੇਸ਼ਾਨ ਸੀ ਕਿ ਪਹਿਲਾਂ ਕੀ ਹੋ ਗਿਆ, ਕਿਉਂਕਿ ਲੌਂਡੇ ਵੇਲੇ
ਚਾਹ ਦਾ ਕੱਪ ਜਦੋਂ ਸਵਾਣੀਆਂ ਭਰਦੀਆਂ ਸੀ ਘਰ ਦੇ ਮੁਖੀ ਦੇ ਹੱਥ ਦੇ ਵਿੱਚ ਆ ਕੇ ਅਗਲਾ ਬਾਣ ਵਾਲੇ ਮੰਜੇ ਦੇ ਉੱਤੇ ਚੌਂਕੜੀ ਮਾਰ ਕੇ ਬਹਿੰਦਾ ਸੀ ਤੇ ਭਾਈ ਮੱਠੀ ਮੱਠੀ ਧੁੱਪ ਹੈ ਕੋਸੀ ਕੋਸੀ ਧੁੱਪ ਹੈ ਇੱਥੇ ਬੈਠ ਕੇ ਕੁੱਕੜੂ ਜਿਹਾ ਬਣਾ ਕੇ ਅਚਾਰ ਤੇ ਮੱਖਣ ਦੇ ਵਾਲੇ ਰੋਟੀ ਖਾਂਦੇ ਆ ਨਾਲੇ ਭਰਦੇ ਆ ਚਾਹ ਦੀਆਂ ਘੁੱਟਾਂ ਉਧਰੋਂ ਕੁੰਡਾ ਖੜਕ ਪੈਂਦਾ ਸੀ ਪਤਾ ਲੱਗਦਾ ਸੀ ਕਿ ਬਾਦਲ ਸਾਹਿਬ ਆਏ ਨੇ ਬਾਦਲ ਸਾਹਿਬ ਆ ਕੇ ਕਹਿੰਦੇ ਸੀ ਬੜਾ ਪੁਰਾਣਾ ਨਾਤਾ ਅੱਜ ਕਈ ਤਰ੍ਹਾਂ ਦੇ ਵੱਡੇ ਵੱਡੇ ਲੀਡਰ ਤੁਰੇ ਫਿਰਦੇ ਆ ਪਰ ਖਿਆਲ ਰੱਖਿਓ ਕਿਤੇ ਬਜ਼ੁਰਗ ਨੂੰ ਨਾ ਭੁੱਲ ਜਿਓ ਅਗਲੇ ਹੱਥ ਤੇ ਜੋੜ ਕੇ ਚਾਹ ਦਾ ਕੱਪ ਆ ਕੇ ਬਾਦਲ ਸਾਹਿਬ ਨੂੰ ਤੋਰਦੇ ਸੀ ਕੁੰਡਾ ਫੇਰ ਖੜਕ ਪੈਂਦਾ ਸੀ ਬੀਬੀ ਹਰਸਿਮਰਤ ਕੌਰ ਬਾਦਲ ਆ ਜਾਂਦੇ ਸੀ ਪਾਪਾ ਜੀ ਕਹਿੰਦੇ ਹੁਣੇ ਮਿਲ ਕੇ ਗਏ ਹੋਣੇ ਆ ਤੁਹਾਨੂੰ ਪਰ ਤੁਸੀਂ ਖਿਆਲ ਰੱਖਿਓ ਤੁਹਾਡੇ ਹਲਕੇ ਦੀ ਨਹੁੰ ਆ ਤੇ ਮੇਰਾ ਵੀ ਮਾਨ ਤਾਨ ਰੱਖਣਾ ਪਾਪਾ ਜੀ ਨੂੰ ਵੋਟਾਂ ਜ਼ਰੂਰ ਪਾਓ ਕਿਉਂਕਿ ਬਹੁਤ ਪ੍ਰਚਾਰ ਕੀਤਾ ਸੀ ਬੀਬੀ ਬਾਦਲ ਨੇ ਵੀ ਬੀਬੀ ਬਾਦਲ ਉਰੀ ਜਾਂਦੇ ਸੀ ਕੁੰਡਾ ਫਿਰ ਖੜਕ ਪੈਂਦਾ ਸੀ ਪਤਾ ਲੱਗਦਾ ਸੀ ਅਰਵਿੰਦ ਕੇਜਰੀਵਾਲ ਤੇ ਜਰਨੈਲ ਸਿੰਘ ਉਰੀ ਆ ਗਏ ਉਹ ਵੀ ਆ ਕੇ ਕਹਿੰਦੇ ਸੀ ਕਿ ਭਾਵੇਂ ਦਿੱਲੀ ਨੂੰ ਆਏ ਆ ਪਰ ਤੁਹਾਡੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਆ ਰਵਾਇਤੀ ਸਿਆਸਤਦਾਨਾਂ ਨੇ ਤੁਹਾਡਾ ਕੱਖ ਨਹੀਂ ਕੀਤਾ ਹਾਰੀਏ ਚਾਹੇ ਜਿੱਤੀਏ ਰਹਾਂਗੇ ਤੁਹਾਡੀ ਸੇਵਾ ਦੇ ਵਿੱਚ ਵੋਟਾਂ ਪਾ ਕੇ ਨਿਹਾਲ ਕਰ ਦਿਓ ਉਹਨਾਂ ਨੂੰ ਚਾਹ ਪਾਣੀ ਪਿਆ ਕੇ ਤੋੜਦੇ ਹੀ ਸੀ ਅਜੇ ਨਾਲ ਹੀ ਕੁੰਡਾ ਫੇਰ ਖੜਕ ਪੈਂਦਾ ਸੀ ਪਤਾ ਲੱਗਦਾ ਸੀ ਰਾਣਿੰਦਰ ਸਿੰਘ ਟਿੱਕੂ ਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਉਹ ਵੀ ਆ ਕੇ ਦੌਣ ਵਾਲੇ ਪਾਸੇ ਬਹਿ ਜਾਂਦਾ ਸੀ ਕਹਿੰਦੇ ਕੈਪਟਨ ਦਾ ਜਾਂ ਮਹਾਰਾਜੇ ਦਾ ਪੁੱਤਰ ਉਹ ਸਮਝੋ ਲੋਕਾਂ ਦੇ ਵਿੱਚ ਰਿਹਾ ਇਸ ਕਰਕੇ ਵੋਟਾਂ ਸਾਨੂੰ ਪਾ ਦਿਓ ਕਪਤਾਨ ਸਾਹਿਬ ਆਉਂਦੇ ਨਹੀਂ ਆਉਂਦੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੂੰਗਾ ਲੋਕਾਂ ਨੂੰ ਇਹ ਲੱਗਦਾ ਸੀ ਕਿ ਭਾਈ ਸਾਰੇ ਪੰਜਾਬ ਦੇ ਲੀਡਰ ਤਾਂ ਸਾਡੇ ਘਰਾਂ ਦੇ ਵਿੱਚ ਤੁਰੇ ਫਿਰਦੇ ਨੇ ਤੇ ਜਦੋਂ ਘਰਾਂ ਦੇ ਵਿੱਚ ਤੁਰੇ ਫਿਰਦੇ ਆ ਤੇ ਐਵੇਂ ਪ੍ਰਚਾਰ ਹੋਈ ਜਾਂਦਾ ਕਿ ਲੀਡਰ ਜਿਹੜੇ ਆ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਸੋ ਚਲੋ ਚੋਣਾਂ ਹੋਈਆਂ ਲੋਕਾਂ ਨੂੰ ਰੋਟੀ ਟੁੱਕ ਖਾਣ ਦਾ ਵੇਲ ਨਹੀਂ ਸੀ ਹੁੰਦਾ ਲੀਡਰਾਂ ਨੇ ਲੋਕਾਂ ਦੇ ਦਰ ਨੀਵੇਂ ਕਰ ਦਿੱਤੇ ਆ ਕੇ ਵੋਟਾਂ ਪਈਆਂ ਨਤੀਜੇ ਆਏ ਪ੍ਰਕਾਸ਼ ਸਿੰਘ ਬਾਦਲ ਜਿੱਤ ਗਏ ਕਪਤਾਨ ਸਾਹਿਬ ਦੂਸਰੇ ਤੇ ਜਰਨੈਲ ਸਿੰਘ ਤੀਸਰੇ ਤੇ ਪਰ ਉਹਦੇ ਤੋਂ ਬਾਅਦ ਅੱਜ ਤੱਕ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਲੰਬੀ ਦੇ ਵਿੱਚ ਬੜੇ ਨਾ ਜਰਨੈਲ ਸਿੰਘ ਦੀ ਸ਼ਕਲ ਕਿਸੇ ਨੇ ਵੇਖੀ ਲੋਕ ਬੜੇ ਹੈਰਾਨ ਪਰੇਸ਼ਾਨ ਨੇ ਤੇ ਵਾਅਦੇ ਤਾਂ ਕਰਦੇ ਸੀ ਅਸਮਾਨ ਨੂੰ ਚਾਕੀਆਂ ਲਾਉਂਦੇ ਸੀ ਪਰ ਹਾਰਨ ਤੋਂ ਬਾਅਦ ਦੋਵੇਂ ਨਹੀਂ ਆਏ ਹਾਲਾਂਕਿ ਕਈ ਕਈ ਹਜ਼ਾਰ ਵੋਟਰ ਜਿਹੜੇ ਇਹਨਾਂ ਦੋਵਾਂ ਬੰਦੀਆਂ ਦੇ ਹੱਕ ਦੇ ਵਿੱਚ ਭੁਗਤੇ ਉਹਨਾਂ ਦੀ ਤਾਂ ਉਡੀਕ ਹੋਏਗੀ ਨਾ ਉਹ ਤਾਂ ਅਜੇ ਵੀ ਉਡੀਕਦੇ ਨੇ ਕਿ ਭਾਈ ਸਿਆਲਾਂ ਦੇ ਵਿੱਚ ਚਿਹਰੇ ਵੇਖੇ ਸੀ ਹੁਣ ਗਰਮੀਆਂ ਦੇ ਵਿੱਚ ਵੀ ਆ ਕੇ ਵਿਖਾ ਜਾਣ ਤੇ ਭਾਈ ਸ਼ਕਲਾਂ ਕਿਹੋ ਜਿਹੀਆਂ ਦੋਵਾਂ ਲੀਡਰਾਂ ਦੀਆਂ ਪਰ ਕੋਈ ਨਹੀਂ ਗਿਆ ਉੱਥੇ ਜਰਨੈਲ ਸਿੰਘ ਹੋਰਾਂ ਦੇ ਤਾਂ ਜਾਣ ਦੀ ਸੰਭਾਵਨਾ ਵੀ ਨਹੀਂ ਕਿਉਂਕਿ ਉਹਨਾਂ ਨੇ ਤਾਂ ਕੁਝ ਚੋਣਵੇਂ ਪੱਤਰਕਾਰਾਂ ਦੇ ਕੋਲ ਕਹਿ ਹੀ ਦਿੱਤਾ ਸੀ ਕਿ ਭਾਈ ਮੈਂ ਤਾਂ ਆਉਂਦਾ ਨਹੀਂ ਸੀ ਮੈਨੂੰ ਐਂ ਕਰਕੇ ਇਸ ਬੰਦੇ ਦੇ ਕਰਕੇ ਆਉਣਾ ਪਿਆ ਹੁਣ ਇਹਦਾ ਮਤਲਬ ਹੈ ਕਿ ਉਹਨਾਂ ਦਾ ਇਸ ਹਲਕੇ ਦੇ ਨਾਲ ਕੋਈ ਲੈਣਾ ਦੇਣਾ ਸੀਗਾ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਵੀ ਬੜੀ ਸਿੱਧੀ ਪੱਧਰੀ ਹੈ ਲੜਨੀ ਚੋਣ ਉਹਨਾਂ ਨੇ ਮਿਲੀ ਸੀ ਆਮ ਆਦਮੀ ਪਾਰਟੀ ਨੇ ਇੰਨਾ ਕੁ ਦਬਾਅ ਸਮਾਜਿਕ ਤੌਰ ਤੇ ਪਾ ਦਿੱਤਾ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਨਾਲ ਰਲਿਆ ਹੋਇਆ ਦੋਵੇਂ ਪਾਰਟੀਆਂ ਦੇ ਇਹ ਵੱਡੇ ਲੀਡਰ ਆਪਸ ਦੇ ਵਿੱਚ ਰਲ ਕੇ ਆਮ ਆਦਮੀ ਪਾਰਟੀ ਦਾ ਰਾਹ ਰੋਕਦੇ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਦੋਸ਼ ਤੋਂ ਪਰੇ ਹੋਣ ਦੇ ਲਈ ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ ਜਾ ਕੇ ਬਾਦਲ ਸਾਹਿਬ ਦੇ ਖਿਲਾਫ ਚੋਣ ਲੜਨੀ ਪਈ ਤੇ ਮੋਹ ਜਿਹੜਾ ਉਹਨਾਂ ਦਾ ਵੀ ਕੋਈ ਨਹੀਂ ਸੀ ਲੰਬੀ ਹਲਕੇ ਦੇ ਲੋਕਾਂ ਦੇ ਨਾਲ ਤੇ ਹੁਣ ਜਦੋਂ ਦੋਵਾਂ ਬੰਦਿਆਂ ਦੀ ਗੈਰ ਹਾਜ਼ਰੀ ਹੈ ਬਾਦਲ ਸਾਹਿਬ ਜਾ ਕੇ ਧੰਨਵਾਦੀ ਦੌਰਾ ਕਰਿਆ ਹੈ ਪਰ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਉੱਥੇ ਜਾ ਰਹੇ ਆ ਨਾ ਜਰਨੈਲ ਸਿੰਘ ਜਾ ਰਹੇ ਆ ਇਹਦੇ ਤੋਂ ਇੱਕ ਗੱਲ ਸੁਖਨੈਬ ਜੀ ਸਾਫ਼ ਤੇ ਸਪਸ਼ਟ ਹੁੰਦੀ ਹੈ ਕਿ ਭਵਿੱਖ ਦੇ ਵਿੱਚ ਜੇ ਕੋਈ ਲੀਡਰ ਹਲਕਾ ਬਦਲ ਕੇ ਕਿਸੇ ਹੋਰ ਹਲਕੇ ਦੇ ਵਿੱਚ ਜਾ ਕੇ ਚੋਣ ਸਿਰਫ ਇਸ ਕਰਕੇ ਲੜਦਾ ਕਿ ਉੱਥੋਂ ਦੀ ਵਿਰੋਧੀ ਪਾਰਟੀ ਦਾ ਕੋਈ ਵੱਡਾ ਲੀਡਰ ਚੋਣ ਲੜ ਰਿਹਾ ਇਹਦਾ ਮਤਲਬ ਹੈ ਕਿ ਉਹਦੇ ਮਨ ਦੇ ਵਿੱਚ ਕਿਸੇ ਵੀ ਤਰੀਕੇ ਉਸ ਹਲਕੇ ਦੇ ਲੋਕਾਂ ਦੇ ਵਿਕਾਸ ਦੀ ਮਨਸ਼ਾ ਨਹੀਂ ਉਹ ਕੇਵਲ ਤੇ ਕੇਵਲ ਸਿਆਸੀ ਤੌਰ ਤੇ ਕੋ ਆਪਣਾ ਸਵਾਰਥ ਸਿੱਧ ਕਰਨ ਦੇ ਲਈ ਉੱਧਰ ਨੂੰ ਜਾ ਰਿਹਾ ਹੁਣ ਆਪਣੇ ਕੋਲ ਕਈ ਤਰ੍ਹਾਂ ਦੀਆਂ ਉਦਾਹਰਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਇਆ ਸੀ ਅੰਮ੍ਰਿਤਸਰ ਦੇ ਲੋਕਾਂ ਨੇ ਅਰੁਣ ਜੇਤਲੀ ਦੇ ਖਿਲਾਫ 1,00,000 ਵੋਟਾਂ ਦੇ ਨਾਲ ਕਿੰਨੀ ਕੁ ਵਾਰੀ ਗਿਆ ਸੀ ਕੈਪਟਨ ਅਮਰਿੰਦਰ ਸਿੰਘ 2.5 ਸਾਲਾਂ ਦੇ ਅਰਸੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਬਹੁਤ ਘੱਟ ਲੋਕੀ ਉਡੀਕਦੇ ਰਹਿ ਗਏ ਸੀ ਇਹਦੇ ਨਾਲ ਚੰਗਾ ਹੁੰਦਾ ਜੇ 50 ਵੋਟਾਂ ਦੇ ਉੱਤੇ ਵੀ ਅਰੁਣ ਜੇਤਲੀ ਹੋਰ ਜਿੱਤੇ ਹੁੰਦੇ ਵਿੱਤ ਮੰਤਰਾਲਾ ਉਹਦੇ ਕੋਲ ਹੈ ਅਗਲਿਆਂ ਨੇ ਅੰਮ੍ਰਿਤਸਰ ਦੇ ਵਿੱਚ ਜਿੰਨੀਆਂ ਗ੍ਰਾਂਟਾਂ ਚਾਹੀਦੀਆਂ ਅਸੀਂ ਦੁੱਗਣੀਆਂ ਦੇ ਦੇਣੀਆਂ ਸੀ ਦੂਸਰੇ ਪਾਸੇ ਹੋਰ ਵੀ ਉਦਾਹਰਨਾਂ ਨੇ ਜਲਾਲਾਬਾਦ ਤੋਂ ਰਵਨੀਤ ਬਿੱਟੂ ਜਿੱਤੇ ਸੀ ਲੁਧਿਆਣੇ ਵਾਲੇ ਖੜੇ ਹੋਏ ਸੀ ਲੁਧਿਆਣੇ ਵਾਲੇ ਐਮਪੀ ਹਾਰ ਗਿਆ ਸੀ ਤੀਜੇ ਨੰਬਰ ਤੇ ਆਏ ਉਹਨਾਂ ਨੇ ਕਿੰਨੀ ਕੁ ਵਾਰੀ ਜਲਾਲਾਬਾਦ ਦੇ ਵਿੱਚ ਪੈਰ ਪਾਇਆ ਇੱਕ ਵਾਰੀ ਵੀ ਨਹੀਂ ਗਏ ਭਗਵੰਤ ਮਾਨ ਸਾਹਿਬ 2 ਦਿਨ ਗਏ ਨੇ ਆਪਣੇ ਜਲਾਲਾਬਾਦ ਹਲਕੇ ਦੇ ਵਿੱਚ ਧੰਨਵਾਦ ਕਰਕੇ ਆਏ ਆ ਦੁਬਾਰਾ ਉਹ ਵੀ ਨਹੀਂ ਗਏ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਜੀਠਾ ਹਲਕੇ ਤੋਂ ਠੋਕ ਵਜਾ ਕੇ ਅਰਵਿੰਦ ਕੇਜਰੀਵਾਲ ਆਪ ਕਹਿ ਕੇ ਆਏ ਸੀ ਕਿ ਆਹ ਸਾਡੀ ਪਾਰਟੀ ਦਾ ਸ਼ੇਰ ਇੱਥੋਂ ਲੜੂਗਾ ਚੋਣ ਹਿੰਮਤ ਸਿੰਘ ਸ਼ੇਰਗਿੱਲ ਉਰੀ ਹਾਰ ਗਿਆ ਪਰ 7-8 ਹਜ਼ਾਰ ਬੰਦੇ ਨੇ ਵੋਟਾਂ ਤੁਹਾਨੂੰ ਪਾਈਆਂ ਸ਼ੇਰਗਿੱਲ ਸਾਹਿਬ ਜਾ ਕੇ ਕਦੇ ਚੱਕਰ ਮਾਰੀਆਂ ਦੇ ਮੂੰਹ ਦਿਖਾਈ ਕਰੇ ਹੁੰਦੇ ਪਰ ਨਹੀਂ ਇੱਦਾਂ ਦੀ ਗੱਲ ਹੀ ਕੋਈ ਨੀ ਸੋ ਇੱਥੋਂ ਇੱਕ ਗੱਲ ਤਾਂ ਸਾਫ਼ ਤੇ ਸਪਸ਼ਟ ਸਾਬਿਤ ਹੁੰਦੀ ਹੈ ਕਿ ਠੀਕ ਹੈ ਜਦੋਂ ਵੱਡੇ ਲੀਡਰ ਆਪਸ ਦੇ ਵਿੱਚ ਭਿੜਦੇ ਨੇ ਸਵਾਦ ਜਿਹਾ ਬਹੁਤ ਆਉਂਦਾ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਹੋਰ ਵੇਖੋ ਕਿਵੇਂ ਕੁੰਡੀਆਂ ਦੇ ਸਿੰਘ ਫਸਦੇ ਆ ਹੁਣ ਵੇਖਦੇ ਆ ਫਲਾਣੇ ਨੂੰ ਲੱਤੋਂ ਫੜ ਕੇ ਕਿਵੇਂ ਘੜੀਸਣਾ ਹੈ ਦੇਖੋ ਸਾਡਾ ਬੰਦਾ ਜਿੱਤ ਜਾਣਾ ਦੂਜਾ ਪੁੱਛਾਂ ਨੂੰ ਵੱਟਦੇ ਕੇ ਕਹਿੰਦਾ ਸਾਡਾ ਜਿੱਤ ਜਾਣਾ ਪਰ ਇਸ ਸਾਰੇ ਮਾਮਲੇ ਦੇ ਵਿੱਚ ਕੋਈ ਵੀ ਜਿੱਤੇ ਪਰ ਵੱਡੇ ਮੁਕਾਬਲਿਆਂ ਦੇ ਵਿੱਚ ਅਕਸਰ ਪੰਜਾਬ ਦੇ ਲੋਕ ਹਾਰਦੇ ਰਹੇ ਆ ਤੇ ਹੁਣ ਲੰਬੀ ਤੋਂ ਕਪਤਾਨ ਤੇ
ਕੈਪਟਨ ਸਰਕਾਰ ਨੂੰ ਕਹਿੰਦੇ ਜੀ ਅੱਗਿਓਂ ਘੇਰਨ ਦੀ ਤਿਆਰੀ ਦੇ ਵਿਚ ਹੈ। ਸੁਖਨਾਥ ਜੀ, ਅਕਾਲੀ ਦਲ ਦਾ ਜੇ ਆਪਾਂ ਇਤਿਹਾਸ ਵੇਖੀਏ ਪਿਛਲੇ 20-25 ਸਾਲਾਂ ਦਾ, ਉਹਦੇ ਵਿਚ ਅਕਾਲੀ ਦਲ ਨੇ ਕਦੇ ਵੀ ਜਦੋਂ ਵੀ ਕਦੇ ਉਹ ਵਿਧਾਨ ਸਭਾ ਚੋਣਾਂ ਹਾਰਿਆ ਇੱਕ ਵਾਰ ਵੀ ਐਸੀ ਗੱਲ ਨਹੀਂ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਹਾਰਿਆ ਹੋਵੇ ਤੇ ਸਾਲ ਤੋਂ ਪਹਿਲਾਂ ਐਕਟਿਵ ਹੋ ਗਿਆ ਹੋਵੇ। ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਇੱਥੇ ਤੱਕ ਰਹਿੰਦਾ ਸੀ ਕਿ ਭਾਈ ਠੀਕ ਹੈ ਵਿਧਾਨ ਸਭਾ ਚੋਣਾਂ ਹਾਰ ਗਏ ਹਾਂ, ਹੁਣ ਰਸਮੀ ਜੀ ਬਿਆਨਬਾਜ਼ੀ ਕਰੀ ਜਾਓ, ਹਲਕ ਬਾਅਦ ਜਦੋਂ ਕੋਈ ਚੋਣਾਂ ਨੇੜੇ ਆਉਣਗੀਆਂ ਉਦੋਂ ਵੇਖਾਂਗੇ ਕੀ ਕਰਨਾ। ਪਰ ਐਸੇ ਅਕਾਲੀ ਦਲ ਨੂੰ ਮਜਬੂਰੀ ਵਾਸੀ ਸਹੀ ਪਰ ਸਮੇਂ ਤੋਂ ਪਹਿਲਾਂ ਸਰਗਰਮ ਹੋਣਾ ਪੈ ਗਿਆ। ਸਰਗਰਮ ਇਸ ਕਰਕੇ ਹੋਣਾ ਪੈ ਗਿਆ ਕਿਉਂਕਿ ਐਸੀ ਵਿਰੋਧੀ ਧਿਰ ਦੇ ਵਿੱਚ ਅਕਾਲੀ ਦਲ ਇਕੱਲਾ ਨਹੀਂ ਝੰਡੇ ਗੱਡੀ ਫਿਰਦਾ, ਐਸੀ ਆਮ ਆਦਮੀ ਪਾਰਟੀ ਹੈਗੀ ਹੈ। ਹੁਣ ਆਮ ਆਦਮੀ ਪਾਰਟੀ ਜੇ ਹੈਗੀ ਹੈ ਤੇ ਅੱਗੋਂ ਜਾ ਕੇ ਕਰਨਾ ਕੀ ਪਊਗਾ? ਆਮ ਆਦਮੀ ਪਾਰਟੀ ਨੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਤੇ, ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸਾਂ ਸ਼ੁਰੂ ਕਰਤੀਆਂ, ਆਮ ਆਦਮੀ ਪਾਰਟੀ ਨੇ ਅੰਦੋਲਨ ਦਾ ਐਲਾਨ ਕਰਤਾ, ਆਮ ਆਦਮੀ ਪਾਰਟੀ ਜਾ ਕੇ ਸਪੀਕਰ ਸਾਹਿਬ ਦੇ ਕੋਲ ਤੇ ਰਾਜਪਾਲ ਸਾਹਿਬ ਦੇ ਕੋਲ ਵੱਖ ਵੱਖ ਮੁੱਦਿਆਂ ਦੇ ਉੱਤੇ ਵਿਧਾਨ ਸਭਾ ਦੀ ਵਿਸ਼ੇਸ਼ ਸੈਸ਼ਨ ਦੀ ਮੰਗ ਕਰੀ ਜਾਂਦੀ ਹੈ। ਅਕਾਲੀ ਦਲ ਵਾਲਿਆਂ ਨੂੰ ਲੱਗਾ ਕਿ ਜੇ ਅਸੀਂ ਚੁੱਪ ਕਰਕੇ ਦੇਖੀਏ ਕਿਤੇ ਨਾ ਹੋਵੇ ਲੋਕਾਂ ਨੂੰ ਸਾਡਾ ਚੇਤਾ ਭੁੱਲ ਜਾਵੇ, ਸੱਤਾਧਾਰੀ ਕਾਂਗਰਸ ਚੇਤੇ ਰਹੇ ਤੇ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ, ਅਸੀਂ ਜਾਵਾਂਗੇ ਛੱਡਣ। ਇਸ ਕਰਕੇ ਵੱਖ ਵੱਖ ਮੁੱਦਿਆਂ ਦੇ ਉੱਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਫੈਸਲਾ ਜਿਹੜਾ ਉਹ ਅੱਗੇ ਵਧਾਉਣਾ ਸ਼ੁਰੂ ਕਰਤਾ, ਕੈਪਟਨ ਸਰਕਾਰ ਨੂੰ ਅੱਗੇ ਹੋ ਕੇ ਘੇਰਨ ਦੀ ਰਣਨੀਤੀ ਬਣਾ ਲਈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਪਟਿਆਲੇ ਦੇ ਵਿੱਚ ਬਿਆਨ ਦਿੱਤਾ। ਉਹ ਕਹਿੰਦੇ ਦੇਖੋ ਅੱਜ ਜਿਹੜਾ ਮੁੰਡਾ ਇੰਜੀਨੀਅਰ ਰਜਤ ਵੀਰ ਪਟਿਆਲੇ ਦੇ ਵਿੱਚ ਆਪਣੇ ਘਰੇ ਗੋਲੀ ਮਾਰ ਕੇ ਜਿਹਨੇ ਖੁਦਕੁਸ਼ੀ ਕੀਤੀ ਹੈ, ਉਹ ਮਾਮਲਾ ਕਹਿੰਦੇ ਸਾਨੂੰ ਥੋੜਾ ਜਿਹਾ ਸ਼ੱਕੀ ਲੱਗਦਾ। ਇੱਥੋਂ ਤੱਕ ਦੋਸ਼ ਲਾਤਾ ਚੰਦੂ ਮਾਜਰਾ ਸਾਹਿਬ ਨੇ, ਉਹ ਕਹਿੰਦੇ ਕੈਪਟਨ ਸਾਹਿਬ ਦੀ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਸ ਤਰੀਕੇ ਮੋਬਾਈਲ ਬੰਬ ਤੇ ਕੁੱਕਰ ਬੰਬ ਨੂੰ ਅੱਤਵਾਦ ਦੇ ਨਾਲ ਜੋੜ ਰਹੇ ਹੈ, ਬਹੁਤ ਵੱਡੀ ਹਿੰਸਕ ਘਟਨਾ ਦੇ ਨਾਲ ਜੋੜ ਰਹੇ ਆ, ਕਹਿੰਦੇ ਸਾਨੂੰ ਏਦਾਂ ਲੱਗਦਾ ਨਹੀਂ। ਉਹਨਾਂ ਨੇ CBI ਜਾਂਚ ਦੀ ਮੰਗ ਕਰ ਲਈ। ਜਾਂਚ ਦੀ ਮੰਗ ਇਸ ਕਰਕੇ ਕੀਤੀ, ਉਹ ਕਹਿੰਦੇ ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਪੰਜਾਬ ਸਰਕਾਰ ਇਸ ਘਟਨਾ ਨੂੰ ਦੂਸਰੇ ਪਾਸੇ ਲਿਜਾ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਸਹਿਮ ਪੈਦਾ ਕਰਨਾ ਚਾਹੁੰਦੀ ਹੈ। ਪੱਤਰਕਾਰ ਭਾਈਚਾਰੇ ਨੇ ਪੁੱਛਿਆ ਕਿ ਇਹ ਕੋਈ ਗੱਲ ਹੋਈ, ਕਾਂਗਰਸ ਦੀ ਸਰਕਾਰ ਹੈ ਲੋਕਾਂ ਦੇ ਵਿੱਚ ਸਹਿਮ ਪੈਦਾ ਕਰਕੇ ਉਹਨਾਂ ਨੇ ਆਪਣਾ ਅਸਤਿਤਵ ਤਬਾਹ ਥੋੜੀ ਕਰਨਾ? ਚੰਦੂ ਮਾਜਰਾ ਸਾਹਿਬ ਕਹਿੰਦੇ ਅਸਲ ਚ ਗੱਲ ਇਹ ਹੈ ਕਿ ਰੇਤਾ ਦੀਆਂ ਖੱਡਾਂ ਦੇ ਮਾਮਲੇ ਦੇ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਦਾ ਨਾਮ ਆਇਆ, ਤਿੰਨਾਂ ਮਹੀਨਿਆਂ ਦੇ ਵਿੱਚ ਸਰਕਾਰ ਦੀ ਬਦਨਾਮੀ ਹੋਣੀ ਸ਼ੁਰੂ ਹੋ ਗਈ, ਲਗਾਤਾਰ ਚੱਲ ਰਹੀ ਹੈ। ਤੇ ਉਹ ਕਹਿੰਦੇ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੰਜੀਨੀਅਰ ਰਜਤ ਵੀਰ ਦੇ ਮਾਮਲੇ ਨੂੰ ਅੱਤਵਾਦ ਦੇ ਨਾਲ ਹਿੰਸਕ ਗਤੀਵਿਧੀਆਂ ਦੇ ਨਾਲ ਜੋੜ ਕੇ ਰੇਤ ਦੀਆਂ ਖੱਡਾਂ ਦੇ ਮਾਮਲੇ ਦੇ ਉੱਤੇ ਕੇਂਦਰਿਤ ਹੋਇਆ ਪੰਜਾਬ ਦੇ ਲੋਕਾਂ ਦਾ ਧਿਆਨ ਉਸ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਚੰਦੂ ਮਾਜਰਾ ਸਾਹਿਬ ਨੇ ਵੀ ਕਹਿਤਾ, ਉਹ ਕਹਿੰਦੇ ਅਸੀਂ ਅਕਾਲੀ ਦਲ ਵੱਲੋਂ ਤਿੰਨ ਵਕੀਲਾਂ ਦਾ ਪੈਨਲ ਇਸ ਕਰਕੇ ਬਣਾਇਆ ਕਿ ਉਹ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਸਾਨੂੰ ਤੱਥ ਕੱਢ ਕੇ ਲਿਆ ਕੇ ਦੇਵੇ ਕਿ ਰਜਤ ਵੀਰ ਦਾ ਹਿੰਸਕ ਕਾਰਵਾਈਆਂ ਦੇ ਨਾਲ ਕੋਈ ਸੰਬੰਧ ਸੀ, ਜਾਂ ਫਿਰ ਜਿਹਦਾ ਉਹਦਾ ਇੱਕ ਆਪਣਾ ਨਿੱਜੀ ਮਾਮਲਾ ਹੈ ਕਿ ਉਹ ਵਿਆਹ ਕਰਾਉਣਾ ਚਾਹੁੰਦਾ ਸੀ, ਵਿਆਹ ਅਗਲਿਆਂ ਨੇ ਕੁੜੀ ਵਾਲੇ ਨੇ ਹੋਣ ਨਹੀਂ ਦਿੱਤਾ, ਉਹਨੂੰ ਧੱਕੇ ਮਾਰ ਕੇ ਘਰੋਂ ਬਾਹਰ ਕਰਤਾ ਹੋਏਗਾ, ਉਹਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ। ਹੁਣ ਅਕਾਲੀ ਦਲ ਦੀ ਇਹ ਤੱਥ ਖੋਜ ਕਮੇਟੀ ਤਿੰਨਾਂ ਦਿਨਾਂ ਦੇ ਵਿੱਚ ਸੁਖਨਾਥ ਜੀ ਕੀ ਤੱਥ ਕੱਢ ਕੇ ਲਿਆਉਂਦੀ ਹੈ? ਅਕਾਲੀ ਦਲ ਕਹਿੰਦਾ ਅਸੀਂ ਲੋਕਾਂ ਦੇ ਵਿੱਚ ਰੱਖਾਂਗੇ, ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਠੀਕ ਗੱਲ ਹੈ ਚੰਦੂ ਮਾਜਰਾ ਸਾਹਿਬ ਦੀ, ਜੇ ਸਰਕਾਰ ਸੱਜੇ ਖੱਬੇ ਜਾਂਦੀ ਹੈ ਅਕਾਲੀ ਦਲ ਦਾ ਫਰਜ਼ ਬਣਦਾ ਉਹਨੂੰ ਸਿੱਧੇ ਰਾਹ ਦੇ ਉੱਤੇ ਲਿਆਉਣ ਦਾ। ਪਰ ਚੰਦੂ ਮਾਜਰਾ ਸਾਹਿਬ ਨੂੰ ਤੇ ਅਕਾਲੀ ਦਲ ਨੂੰ ਸੁਖਨਾਥ ਜੀ ਇੱਕ ਸਵਾਲ ਤਾਂ ਪੁੱਛਿਆ ਜਾ ਸਕਦਾ ਕਿ ਅੱਜ ਇੰਜੀਨੀਅਰ ਰਜਤ ਵੀਰ ਦਾ ਮਾਮਲਾ ਸਾਹਮਣੇ ਆਇਆ, ਤੁਸੀਂ ਕਹਿੰਦੇ ਹੋ ਕਿ ਤੱਥ ਲੋਕਾਂ ਦੇ ਸਾਹਮਣੇ ਰੱਖੇ ਜਾਣ, ਜਦੋਂ ਬਰਗਾੜੀ ਦਾ ਬਹਿਬਲ ਕਲਾਂ ਦਾ ਕਾਂਡ ਹੋਇਆ ਤੁਹਾਡੀ ਅਕਾਲੀ ਸਰਕਾਰ ਨੇ ਬਣਾਇਆ ਸੀ ਜਸਟਿਸ ਜੋਰਾ ਸਿੰਘ ਹੋਰਾਂ ਦੇ ਆਧਾਰਿਤ ਕਮਿਸ਼ਨ, ਕਿੰਨੇ ਮਹੀਨੇ ਤੁਸੀਂ ਰਿਪੋਰਟ ਉਹਦੀ ਦੱਬ ਰੱਖੀ, ਮਿੱਟੀ ਤੱਕ ਨਹੀਂ ਝਾੜੀ, ਕੀ ਉਹ ਰਿਪੋਰਟ ਜਨਤਕ ਨਹੀਂ ਸੀ ਕਰਨੀ ਚਾਹੀਦੀ, ਕੀ ਉਸ ਰਿਪੋਰਟ ਦੇ ਉੱਤੇ ਖਰਚੇ ਗਏ ਪੈਸੇ ਜਸਟਿਸ ਜੋਰਾ ਸਿੰਘ ਕਮਿਸ਼ਨ ਹੋਰਾਂ ਨੇ ਤਨਖਾਹ ਦਿੱਤੀ ਹੋਏਗੀ, ਭੱਤੇ ਦਿੱਤੇ ਹੋਣਗੇ, ਅਧਿਕਾਰੀ ਦਿੱਤੇ ਆ, ਟੈਲੀਫੋਨ ਦਾ ਖਰਚਾ, ਹੋਰ ਕਈ ਕੁਛ? ਜਦ ਉਹਨਾਂ ਨੇ ਰਿਪੋਰਟ ਦੇਤੀ, ਲੋਕਾਂ ਦੇ ਵਿੱਚ ਹਾਹਾਕਾਰ ਬਚੀ ਹੋਈ ਹੈ ਉਸ ਮੁੱਦੇ ਨੂੰ ਲੈ ਕੇ, ਤੇ ਤੁਸੀਂ ਰਿਪੋਰਟ ਕੱਚ ਦੇ ਵਿੱਚ ਲਈ ਫਿਰਦੇ ਹੋ ਕਿ ਨਹੀਂ ਭਾਈ ਅਸੀਂ ਲੋਕਾਂ ਦੇ ਵਿੱਚ ਨਹੀਂ ਰੱਖਣੀ? ਤੇ ਜਦੋਂ ਤੱਕ ਤੁਸੀਂ ਆਪ ਸੱਤਾ ਦੇ ਵਿੱਚ ਹੁੰਦੇ ਹੋ ਉਦੋਂ ਲੋਕਾਂ ਨੂੰ ਕੋਈ ਚੀਜ਼ ਦਿਖਾਉਣੀ ਹੈ ਕਿ ਨਹੀਂ ਵਿਖਾਉਣੀ ਉਹਦੇ ਬਾਰੇ ਤੁਹਾਡਾ ਰਵੱਈਆ ਨਾ ਪੱਕੀ, ਜਦੋਂ ਵਿਰੋਧੀ ਧਿਰ ਦੇ ਵਿੱਚ ਆ ਜਾਂਦੇ ਤਾਂ ਫਿਰ ਕਹਿੰਦੇ ਹੋ ਹਰ ਇੱਕ ਚੀਜ਼ ਜਿਹੜੀ ਲੋਕਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਹੋਰ, ਇੱਦਾਂ ਦੀਆਂ ਗੱਲਾਂ ਬਾਤਾਂ ਨਾ ਹੋਣ। ਦੋਵਾਂ ਮੁੱਦਿਆਂ ਦੇ ਉੱਤੇ ਭਾਵੇਂ ਸੱਤਾਧਾਰੀ ਹੋ ਤੇ ਭਾਵੇਂ ਵਿਰੋਧੀ ਧਿਰ, ਅਕਾਲੀ ਦਲ ਨੂੰ ਆਪਣੇ ਪੈਂਤਲੇ ਇੱਕੋ ਜਿਹੇ ਰੱਖਣੇ ਚਾਹੀਦੇ ਆ, ਤਾਂ ਜੋ ਪੰਜਾਬ ਦੇ ਲੋਕਾਂ ਦੇ ਵਿੱਚ ਅਕਾਲੀ ਦਲ ਦਾ ਯਕੀਨ ਤੇ ਵਿਸ਼ਵਾਸ ਜਿਹੜਾ ਉਹ ਸੁਖਨਾਥ ਜੀ ਥੋੜਾ ਬਹੁਤ ਬਣਿਆ ਰਹਿ ਸਕੇ। ਜੀ, ਔਰ ਵਟਸਐਪ ਜੇ ਅਗਲੀ ਗੱਲ ਕਰੀਏ ਤਾਂ ਬਰਨਾਲਾ ਪਰਿਵਾਰ ਹੈ ਜਿਹੜਾ ਜੀ, ਸਿਆਸੀ ਭਵਿੱਖ ਇਹਨਾਂ ਦਾ ਕੀ ਰਹੂਗਾ? ਇੱਕ ਵਾਰੀ ਤਾਂ ਮੁੱਖ ਮੰਤਰੀ ਬਣ ਗਿਆ ਸੀ ਬਰਨਾਲਾ ਸਾਹਿਬ, ਦੋ ਵਾਰ ਸੋਰੀ
ਤੇ ਹੁਣ ਉਹਨਾਂ ਨੂੰ ਕੋਈ ਪੰਚਾਇਤ ਮੈਂਬਰ ਬਣਾਉਣ ਨੂੰ ਤਿਆਰ ਨਹੀਂ, ਕਈ ਥਾਵਾਂ ਦੇ ਉੱਤੇ ਕੋਸ਼ਿਸ਼ਾਂ ਕਰਦੇ ਆ, ਹੱਥ ਬਸ ਕੁਛ ਨਹੀਂ ਆ ਰਿਹਾ। ਸੁਖਨਾਥ ਜੀ, ਕੱਲ ਆਪਾਂ ਮਨਪ੍ਰੀਤ ਬਾਦਲ ਹੋਰਾਂ ਦੀ ਗੱਲ ਕੀਤੀ ਸੀ ਕਿ ਉਹ ਉਤਰਾਅ ਚੜਾਅ ਦੇ ਵਿੱਚੋਂ ਇਸ ਵੇਲੇ ਫਿਰ ਚੜਾਅ ਵੱਲ ਨੇ ਜੀ। ਹੁਣ ਪੰਜਾਬ ਦੇ ਵਿੱਚ ਕਈ ਸਿਆਸੀ ਪਰਿਵਾਰ ਐਸੇ ਨੇ ਜਿਹੜੇ ਹਾਸ਼ੀਏ ਤੇ ਨੇ, ਜਿਨ੍ਹਾਂ ਦੇ ਬਾਰੇ ਕਈ ਤਰ੍ਹਾਂ ਦੇ ਕਿਆਫੇ ਨੇ, ਪਰ ਬਹੁਤੇ ਕਿਆਫੇ ਇਹ ਨੇ ਕਿ ਉਹ ਸ਼ਾਇਦ ਹੀ ਪੰਜਾਬ ਦੀ ਸਿਆਸੀ ਮੁੱਖ ਧਾਰਾ ਦੇ ਵਿੱਚ ਦੁਬਾਰਾ ਕਦੇ ਉੱਭਰ ਕੇ ਸਾਹਮਣੇ ਆ ਸਕਣ ਜੀ। ਇਸੇ ਤਰ੍ਹਾਂ ਦਾ ਇੱਕ ਪਰਿਵਾਰ ਹੈ ਬਰਨਾਲਾ ਪਰਿਵਾਰ, ਸੁਰਜੀਤ ਸਿੰਘ ਬਰਨਾਲਾ ਦੁਨੀਆਂ ਤੋਂ ਜਾ ਚੁੱਕੇ ਆ ਜੀ, ਪਰ ਉਹਨਾਂ ਦਾ ਜਿਹੜਾ ਅੱਗੇ ਪਰਿਵਾਰ ਹੈ, ਗਗਨਜੀਤ ਬਰਨਾਲਾ ਬੇਟਾ, ਬੀਬੀ ਸੁਰਜੀਤ ਕੌਰ ਬਰਨਾਲਾ, ਇੱਕ ਉਹਨਾਂ ਦਾ ਭਰੋਸੇਯੋਗ ਸਾਥੀ ਬਲਦੇਵ ਸਿੰਘ ਮਾਨ ਜੀ, ਇਹ ਤਿੰਨੋਂ ਜਣੇ ਜਿਹੜੇ ਨੇ ਉਹ ਇਸ ਵੇਲੇ ਸਿਆਸੀ ਤੌਰ ਦੇ ਉੱਤੇ ਆਪਣੀਆਂ ਜੜ੍ਹਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਹੈਰਾਨੀ ਦੀ ਗੱਲ ਹੈ, ਉਹ ਪਰਿਵਾਰ ਜਿਹੜਾ ਇੱਕ ਬੰਦਾ ਕਦੇ ਮੁੱਖ ਮੰਤਰੀ ਰਿਹਾ ਹੋਵੇ, ਕਈ ਵਾਰ ਕੇਂਦਰੀ ਮੰਤਰੀ ਰਿਹਾ ਹੋਵੇ, ਕਈ ਸੂਬਿਆਂ ਦਾ ਰਾਜਪਾਲ ਰਿਹਾ ਹੋਵੇ, ਉਹਦੇ ਪਰਿਵਾਰ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੇ ਟਿਕਟ ਤੱਕ ਨਹੀਂ ਦਿੱਤੀ ਇੱਕ ਵਿਧਾਨ ਸਭਾ ਚੋਣ ਦੇ ਵਿੱਚ ਜੀ, ਉਹ ਟਿਕਟ ਤੱਕ ਨਹੀਂ ਮਿਲੀ, ਗੈਰ ਹਾਜ਼ਰ ਰਹਿ ਗਿਆ ਪਰਿਵਾਰ 2017 ਦੀ ਵਿਧਾਨ ਸਭਾ ਦੀ ਚੋਣ ਲੰਘੀ। ਕਿਸੇ ਨੂੰ ਚੇਤਾ ਬਣਾਇਆ ਕਿ ਕੋਈ ਬਰਨਾਲਾ ਪਰਿਵਾਰ ਵੀ ਹੁੰਦਾ ਸੀ ਜੀ। ਹੁਣ 2012 ਦੇ ਵਿੱਚ ਇਹਨਾਂ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਨਾਲ ਰਲ ਕੇ ਚੋਣ ਲੜੀ, ਹਾਰ ਗਏ। ਇਹਦੇ ਤੋਂ ਇਲਾਵਾ ਵੀ ਕਈ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਏ। ਜਦੋਂ 2017 ਦੀਆਂ ਇਸ ਵੇਲੇ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਤਾਂ ਕੁਝ ਮਹੀਨੇ ਪਹਿਲਾਂ ਇਹਨਾਂ ਨੇ ਆਪਣੇ ਅਕਾਲੀ ਦਲ ਲੌਂਗੋਵਾਲ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਜੀ। ਗਗਨਜੀਤ ਬਰਨਾਲਾ, ਬੀਬੀ ਸੁਰਜੀਤ ਕੌਰ ਬਰਨਾਲਾ ਤੇ ਬਲਦੇਵ ਸਿੰਘ ਮਾਨ ਦਿੱਲੀ ਗਏ, ਰਾਹੁਲ ਗਾਂਧੀ ਦੇ ਰਾਹੀਂ ਕਾਂਗਰਸ ਪਾਰਟੀ ਚ ਆ ਗਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਦੋਂ ਵੀ ਬਹੁਤਾ ਚੰਗਾ ਨਹੀਂ ਸੀ ਲੱਗਿਆ ਜੀ, ਇਹ ਗੱਲ ਨਹੀਂ ਸੀ ਕਿ ਉਹ ਚਾਹੁੰਦੇ ਨਹੀਂ ਸੀ ਕਿ ਪਾਰਟੀ ਇਧਰ ਆਵੇ, ਉਹ ਚਾਹੁੰਦੇ ਸੀ ਆ ਜਾਣ। ਪਰ ਬਾਈਪਾਸ ਕਰਕੇ ਜਦੋਂ ਤੁਸੀਂ ਦਿੱਲੀਓਂ ਜਾ ਕੇ ਆਉਂਦੇ ਆ, ਫਿਰ ਸੂਬਾ ਪ੍ਰਧਾਨ ਨੂੰ ਗੁੱਸਾ ਤਾਂ ਆਉਂਦਾ ਹੀ ਆ ਕਿ ਭਾਈ ਕੋਈ ਗੱਲ ਨਹੀਂ, ਰਹਿਣਾ ਤਾਂ ਮੇਰੇ ਨੇੜੇ ਤੇੜੇ, ਮੈਂ ਦੱਸੂ ਕਿਵੇਂ ਹੁੰਦੀ ਹੈ ਜੀ। ਦੋ ਸੀਟਾਂ ਤੇ ਸਮਝੌਤਾ ਹੋਇਆ ਸੀ ਕਿ ਜਦੋਂ ਵਿਧਾਨ ਸਭਾ ਦੇ ਚੋਣਾਂ ਦੇ ਲਈ ਟਿਕਟਾਂ ਮਿਲਣੀਆਂ ਤੇ ਸਾਨੂੰ ਸੀਟਾਂ ਛੱਡੋਗੇ ਦੋ। ਪਰ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਿਫਾਰਿਸ਼ ਤੋਂ ਬਾਅਦ ਟਿਕਟਾਂ ਦੀ ਹੋਈ ਆ ਵੰਡ, ਇਹ ਦੋ ਭਾਲਦੇ ਸੀ, ਅਗਲੀਆਂ ਇੱਕ ਵੀ ਸੀਟ ਦੇ ਉੱਤੇ ਇਹਨਾਂ ਦਾ ਕੋਈ ਬੰਦਾ ਉਮੀਦਵਾਰ ਨਹੀਂ ਬਣਾਇਆ ਜੀ। ਗਗਨਜੀਤ ਬਰਨਾਲਾ ਭੁੜਕ ਭੁੜ ਕੇ ਪੈਣ, ਪਹਿਲਾਂ ਤਾਂ ਕਹਿੰਦੇ ਮੈਂ ਆਜ਼ਾਦ ਚੋਣ ਲੜੂੰਗਾ, ਬਾਅਦ ਵਿੱਚ ਕਹਿਤਾ ਚਾਰ ਦਿਨਾਂ ਦਾ ਮੈਂ ਅਲਟੀਮੇਟਮ ਦਿੰਦਾ, ਧੁਰੀ ਤੋਂ ਜਿਹੜੇ ਗੋਲਡੀ ਨੂੰ ਟਿਕਟ ਦਿੱਤੀ ਆ ਕੱਟਦੇ, ਉਮੀਦਵਾਰ ਮੈਂ ਹੋਣਾ ਚਾਹੀਦਾ। ਇੱਕ ਸੀਟ ਤੇ ਆ ਗਿਆ ਸੀ ਕਿ ਭਾਈ ਦੂਜੀ ਦਾ ਵੀ ਕੋਈ ਨਹੀਂ, ਸਾਨੂੰ ਇੱਕੋ ਹੀ ਸੀਟ ਛੱਡ ਦਿਓ। ਕਾਂਗਰਸ ਪਾਰਟੀਆਂ ਨੇ ਨੋਟਿਸ ਹੀ ਨਹੀਂ ਲਿਆ, ਕਹਿੰਦੇ ਜਾ ਕੇ ਜਿਹੜੀ ਗੱਲ ਕਰਨੀ ਆ ਕਰੀ ਜਾਓ, ਕੋਈ ਗੱਲ ਨਹੀਂ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਜਾਣਾ ਜਾਓ, ਰਹਿਣਾ ਰਹੋ, ਪ੍ਰਚਾਰ ਕਰਨਾ ਕਰੋ, ਵਿਰੋਧ ਕਰਨਾ ਕਰੋ, ਸਾਨੂੰ ਕੱਖ ਵੀ ਅਸਰ ਨਹੀਂ। ਗਗਨਜੀਤ ਬਰਨਾਲਾ ਦਿੱਲੀ ਵੀ ਗਏ, ਪਤਾ ਲੱਗਿਆ ਕਿ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਵਿੱਚੋਂ ਕਿਸੇ ਨੇ ਢੰਗ ਨਾਲ ਇਹਨਾਂ ਦੀ ਗੱਲ ਹੀ ਨਹੀਂ ਸੁਣੀ। ਥੱਕ ਹਾਰ ਕੇ, ਅੱਕ ਚੱਬ ਕੇ, ਛਿੱਥੇ ਜਿਹਾ ਪੈ ਕੇ ਗਗਨਜੀਤ ਬਰਨਾਲਾ, ਬੀਬੀ ਸੁਰਜੀਤ ਕੌਰ ਬਰਨਾਲਾ ਤੇ ਬਲਦੇਵ ਸਿੰਘ ਮਾਨ ਵੋਟਾਂ ਪੈਣ ਤੋਂ ਥੋੜੇ ਦਿਨ ਪਹਿਲਾਂ ਅਕਾਲੀ ਦਲ ਬਾਦਲ ਚ ਆ ਗਏ। ਅਕਾਲੀ ਦਲ ਬਾਦਲ ਦੇ ਦੋ ਵੱਡੇ ਲੀਡਰ ਨੇ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ। ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਪਿਛਲੇ 10 ਵਰਿਆਂ ਦੇ ਵਿੱਚ ਸੁਖਨਾਥ ਜੀ ਪੰਜਾਬ ਦੇ ਇਹਨਾਂ ਦੋਵਾਂ ਬਾਦਲਾਂ ਨੂੰ ਅੱਜ ਕੇ ਸਿਆਸੀ ਤੌਰ ਤੇ ਭੰਗਦਾ ਰਿਹਾ, ਵੱਖ ਵੱਖ ਚੀਜ਼ਾਂ ਦੇ ਉੱਤੇ ਕਹਿੰਦੇ ਰਿਹਾ ਕਿ ਭਾਈ ਇਹਨਾਂ ਦੇ ਨਾਲੋਂ ਮਾੜੇ ਭ੍ਰਿਸ਼ਟ ਨਖਿੱਧ ਲੀਡਰ ਕੋਈ ਨਹੀਂ, ਪਰ ਉਹਨਾਂ ਲੀਡਰਾਂ ਦੀ ਪਿਛਲੀ ਕਤਾਰ ਦੇ ਵਿੱਚ ਜਾ ਕੇ ਖੜ ਗਿਆ। ਚਲੋ ਸਿਆਸਤ ਹੈ, ਸਮਝੌਤੇ ਕਰਨੇ ਪੈਂਦੇ। ਸੁਰਜੀਤ ਸਿੰਘ ਬਰਨਾਲਾ ਨੇ ਆਪਣੇ ਟਾਈਮ ਦੇ ਵਿੱਚ ਕਿਹੜਾ ਘੱਟ ਕੀਤੇ ਸੀ ਮੁੱਖ ਮੰਤਰੀ ਬਣਨ ਦੇ ਲਈ, ਚਾਰ ਇਹਨਾਂ ਨੇ ਵੀ ਕਰਨਾ ਤਾਂ ਕੋਈ ਗੱਲ ਨਹੀਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਭਵਿੱਖ ਕੀ ਹੈ ਗਗਨਜੀਤ ਬਰਨਾਲਾ ਦਾ, ਬਲਦੇਵ ਸਿੰਘ ਮਾਨ ਦਾ, ਹੁਣ ਭਵਿੱਖ ਮੈਨੂੰ ਅਜੇ ਵੀ ਡਾਵਾਡੋਲ ਲੱਗਦਾ। ਉਹਦਾ ਇੱਕ ਕਾਰਨ ਇਹ ਹੈ ਕਿ ਕੋਰ ਕਮੇਟੀ ਬਣਾਈ ਸੁਖਨਾਥ ਜੀ ਹੁਣੇ ਹੁਣੇ ਅਕਾਲੀ ਦਲ ਨੇ, ਉਹਦੇ ਵਿੱਚ ਇੱਕ ਨਵੇਂ ਲੀਡਰ ਨੂੰ ਥਾਂ ਦਿੱਤੀ, ਨਾਮ ਬਲਦੇਵ ਸਿੰਘ ਮਾਨ ਜੀ। ਹੁਣ ਬਲਦੇਵ ਸਿੰਘ ਮਾਨ ਦਾ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਸ਼ਾਮਿਲ ਹੋਣਾ, ਗਗਨਜੀਤ ਬਰਨਾਲਾ ਦਾ ਬਾਹਰ ਹੋਣਾ, ਕਿਤੇ ਨਾ ਕਿਤੇ ਇਹ ਸੰਕੇਤ ਦਿੰਦਾ ਕਿ ਜੇ ਕੱਲ੍ਹ ਨੂੰ ਅਕਾਲੀ ਦਲ ਦੇ ਵਿੱਚ ਫਿਰ ਦਾਜ ਨਾ ਗੜੀ, ਗਗਨਜੀਤ ਬਰਨਾਲਾ ਹੋਰਾਂ ਨੇ ਮਾੜੀ ਮੋਟੀ ਧਮਕੀ ਦਿੱਤੀ ਤਾਂ ਬਲਦੇਵ ਸਿੰਘ ਮਾਨ ਵੀ ਸ਼ਾਇਦ ਹੀ ਉਹਨਾਂ ਦੇ ਨਾਲ ਤੁਰਨ, ਜਿਹਨੂੰ ਕੋਰ ਕਮੇਟੀ ਦੇ ਵਿੱਚ ਥਾਂ ਮਿਲ ਗਈ ਉਹਨੇ ਗਗਨਜੀਤ ਬਰਨਾਲੇ ਤੋਂ ਕੀ ਲੈਣਾ ਜਿਹੜਾ ਬੰਦਾ ਆਪ ਚੋਣ ਨਹੀਂ ਜਿੱਤ ਸਕਦਾ ਜੀ। ਇਹਦੇ ਨਾਲ ਨਾਲ ਇੱਕ ਇਹ ਵੀ ਲੱਗਦਾ ਹੈ ਕਿ ਗਗਨਜੀਤ ਬਰਨਾਲਾ ਹੋਰਾਂ ਦੀ ਅੱਖ ਸਿਆਸੀ ਤੌਰ ਤੇ ਟਿਕੀ ਹੋਈ ਹੈ 2021 ਦੀ ਲੋਕ ਸਭਾ ਚੋਣ ਤੇ ਸੰਗਰੂਰ ਲੋਕ ਸਭਾ ਸੀਟ ਤੇ ਜੀ। ਪਰ ਸੁਖਦੇਵ ਸਿੰਘ ਢੀਂਡਸਾ ਜਿਹਨਾਂ ਦਾ ਅਕਾਲੀ ਦਲ ਦੇ ਵਿੱਚ ਬਰਨਾਲਾ ਪਰਿਵਾਰ ਦੇ ਨਾਲ ਬਹੁਤ ਵੱਡਾ ਰੌਲਾ ਰਿਹਾ ਸੰਗਰੂਰ ਜ਼ਿਲ੍ਹੇ ਦੇ ਵਿੱਚ, ਉਹ ਕਦੇ ਨਹੀਂ ਚਾਹੁੰਦੇ ਕਿ ਬਰਨਾਲਾ ਪਰਿਵਾਰ ਦੁਬਾਰਾ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਬਰਾਬਰ ਦਾ ਸਿਆਸੀ ਸ਼ਰੀਕ ਬਣ ਕੇ ਟੱਕਰੇ, ਅਜੇ ਨਹੀਂ ਟੱਕ ਲੈ ਕੇ ਦੇਣਗੇ। ਪਰ ਹੋ ਸਕਦਾ ਚਲੋ ਢੀਂਡਸਾ ਸਾਹਿਬ ਰਾਜ ਸਭਾ ਦੇ ਮੈਂਬਰ ਨੇ, ਪਰਮਿੰਦਰ ਸਿੰਘ ਢੀਂਡਸਾ ਲਹਿੜੇਗਾਗੇ ਤੋਂ MLA ਹੈ ਤੇ ਫਿਰ ਅਕਾਲੀ ਦਲ ਇਹਨਾਂ ਨੂੰ ਟਿਕਟ ਦੇ ਵੀ ਦੇਵੇ, ਕਿਉਂਕਿ ਸੰਗਰੂਰ ਦੀ ਸੀਟ ਹੈ ਅਕਾਲੀ ਦਲ ਦੇ ਲਈ ਇਸ ਵੇਲੇ, ਉਦਾਂ ਦੀ ਸੀਟ ਹੈ ਜਿੱਦਾਂ ਦੀ ਮੋਹਾਲੀ ਦੀ ਵਿਧਾਨ ਸਭਾ ਸੀਟ ਹੈ, ਕਿਉਂਕਿ ਕੋਈ ਜਿੱਤਣਾ ਹੀ ਨਹੀਂ ਹੁੰਦਾ। ਢੀਂਡਸਾ ਸਾਹਿਬ 2 ਲੱਖ ਦੇ ਨਾਲ ਹਾਰੇ ਸੀ, ਗਗਨਜੀਤ ਬਰਨਾਲੇ ਨੂੰ ਟਿਕਟ ਮਿਲਦੀ ਤਾਂ ਲੱਖ ਨਾਲ ਹਾਰ ਦੇਣਗੇ, ਪਰ ਜਿੱਤਣ ਦੀ ਸੰਭਾਵਨਾ ਕੋਈ ਨਹੀਂ। ਕੁੱਲ ਮਿਲਾ ਕੇ ਇਸ ਵੇਲੇ ਸਿਆਸੀ ਤੌਰ ਦੇ ਉੱਤੇ ਅੱਕ ਚੱਬਣ ਦੇ ਬਾਵਜੂਦ ਵੀ ਬਰਨਾਲਾ ਪਰਿਵਾਰ ਦਾ ਭਵਿੱਖ ਧੁੰਦਲਾ ਲੱਗਦਾ। ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨੀ ਆ ਜੀ,
पिछले दिनी सुखबीर सिंह बादल विधानसभा की चोन हारन तो बाद बठिंडे फिल्म देख गए, फिल्म का नाम था बहादुर। जब मैं वीडियो थोड़ी जी ठीक तरीके बड़ी नींद ला के देखी, जब सुखबीर सिंह फिल्म देख के बाहर आ रहे थे तो तीजे नंबर के उत्ते सुखबीर सिंह के पिछले गगनजीत बरनाला भी तुरे हुए थे। हम गगनजीत बरनाला का फिल्म देखने के मौके के उत्ते सुखबीर सिंह के पिछे तुरना मैंने यो भी लिखा कि अपना सियासी भविख बचा में गगनजीत बरनाला भी करते फिरते हो कि साहब बहादुर साहब बहादुर, पर फिल्म ला के थुक के चिखण के बावजूद भी बरनाला परिवार का सियासी भविख बहुत ज्यादा सियासी तौर पर डामाडोल है जी। ते पंजाब दी सभ्याचारक नीति दे उते नवजोत सिंह सिद्धू होरे की कह रहे हैं जी? जी कैबिनेट मंत्री ने नवजोत सिंह सिद्धू महकमे मिले तीन तिना ही महकमों के बराबर दिया सरकारियां ने हफ्ते एक एक मीटिंग तो तिना महकमों की कर ही लेंदी है। मैं लगता अधिकारी बड़े औखे हो गए, खास तौर के उत्ते सभ्याचारक मंत्रालय वाले जिहड़े अधिकारी ने उन्होंने तो अजीबो गरीब जी गल महसूस जी होंगी होगी कि आ सारा कुछ हो ही जाता हुण गल की महसूस हो रही है। पहला पंजाब के बड़े कैबिनेट मंत्री बने जिन्हां कोल सभ्याचारक विभाग हुंदा सी, पर सुखलैर जी ऐसे मंत्रियों के नाम भी गिने जा सकते हैं जिहड़े मंत्रियों के कोल सभ्याचारक विभाग तां आया पर पांच साल उन्होंने ये कहिंदियां कहिंदियां लंघाते कि असीं सभ्याचारक नीति बना रहे हैं बड़ी जल्दी लागू कर देंगे, पर पता नहीं किहड़े कपीले दे विच बनाउंदे रहे, जिहनूं बनाउंदे आ पंज साल लग गया ते बणी तां नहीं जी। हुण नवजोत सिंह सिद्धू ने ऐलान कर दिता कहिंदे असीं सभ्याचारक नीति का खरड़ा बना लिया, 15 जून तो पहला कैप्टन अमरिंदर सिंह दे मेल ते होवेगी, जिदन प्रवानगी कैप्टन अमरिंदर सिंह ने देती अगले दिन असीं लागू कर देनी है। हुण उस नीति दे विच कुछ सार्थक होएगा जां नहीं होएगा यह गल सभ्याचारक नीति की पोटली खुलन से पता लगेगा, पर इनी गल जरूर है कि पंजाब दे विच सरकार बनन दे 3 महीने के अंदर अंदर जे किसी मंत्री ने सभ्याचारक नीति बना ही ली है इनी वड्डी गल है, क्योंकि जे 3-3.5 साल जाके बनाए लागू कदों करनी सी। जे भी मन के चलते हैं कि सभ्याचारक नीति बनेगी तो वह बहुत माड़ी होएगी, उदाइया हो गई, पर जे अड़की बनेगी अगली बारी उदाइया दूर हो जाएगी, जे अड़की बनेगी नहीं असं उदाइया कितों लभनिया तो दूर कितों करनिया। ये एक थोड़ी जी आस इतों भी जगती है, बहुत सारे सभ्याचारक मंत्री जिहड़े आ उन्होंने भी जो कोई माड़ा मोटा फैसला करना हों तो अपने अधिकारियों को कहते कि भाई इतने एसी कमर बैठ के तुम कोई नीति जी तैयार कर दो माड़ी मोटी कोई फैसला करना आप जी। तो कई बार ऑफिसर कोई साउथ इंडिया का होंगे किसी होर सूबे का होंगे उन्होंने पंजाबी भाषा का की पता, उन्होंने पंजाब के विरसे का बहुता नहीं पता, उन्होंने पंजाब के सभ्याचार के बारे बहुत गंभीरता के ज्ञान ही नहीं, जिनी कल्याण नॉलेज से जिन्ना क ज्ञान से उनके हिसाब से काम कर देते चलावा जाए। पर ऐसी जे नवजोत सिंह सिद्धू ने पंजाब के कवियों पंजाब के नाटककारों पंजाब के बुद्धिजीवियों सुरजीत पात्र से आत्मजीत वर्गे बंदियों उत्थे सद्या कि सद के उन्हें सुझाव लए ने बरबली भी लिखती भी कि आप सभ्याचारक नीति बनानी है, तुम दसो सारे मेरे नाल सियाने हो कि किस तरीके आप अगे लेके चलीए, लिखती सुझाव भी आए मूह को बोल के भी सुझाव लोगों ने दिते, तो उस सारे सुझावों के परछावे के हेठ जो एक सभ्याचारक नीति सुखमैर जी बने होगी 40 चार चीजा तो टंगिया हो गए तो माड़ा मोटा इस वेले एक पला जहा सा जी करता आसता कि सभ्याचारक नीति बनेगी चंगे तरीके बनेगी तो उन्होंने लागू भी किया जाएगा, तो बहुत सारे जो जगाड़ आ रहे हैं उन्होंने कुछ एक विगाड़ा रोकने के नवजोत सिंह सिद्धू सफल भी होंगे। ऐलान उन्होंने भी कर दिता असं देश की वंड बारे जो म्यूजियम तैयार करवाया उद्घाटन अमृतसर आके कैप्टन अमरिंदर सिंह आप करेंगे, पाकिस्तानी कलाकार ने सदा भी देना यह भी गल सुखनाथ जी कुछ होर भी सदने हो गए क्योंकि उन्होंने कह दिता होना कि भाई 5-4 बंदे होर भी बुलाने जी। नवजोत सिंह सिद्धू रंग सुनिया पहुंच गया होना उन्होंने यही कहता कहते मैं सामने पता कि माहौल खराब है दोवे देशों के संबंध चंगे ने, पर वो कहें जो वंड हुई सी देश की पाकिस्तान भी बहुत बड़ा धक्का लगा उतों के लोग भी पीड़ा के गुजरे भारत के लोग भी गुजरे, इस करके जो उस वंड के संबंधित एक बहुत बड़े म्यूजियम का उद्घाटन करना तो मैं चाहता कि उतों के कुछ एक कलाकार आके अपन भावनावों का इजहार उस मौके के उत्ते करें। तो कहते असं एक कलाकार पार्लीमेंट भी तैयार करनी है जो कि बहुत सारे जोड़े पंजाब के नौजवान ने बच्चे ने जिन्होंने टैलेंट है कोई प्रतिभा कोई गुण है उत्थे आके अपने उस गुण का उस प्रतिभा का प्रदर्शन कर सकन असं एक चंगा प्लेटफॉर्म देना। हुण आने वाले दिनों वेखते हैं कि नवजोत सिंह सिद्धू के इन ऐलानों के किन्ने अमली जमा पहनाया जाता
ਕਿੰਨੇ ਕੁ ਐਲਾਨ ਅਫਸਰਸ਼ਾਹੀ ਦੀ ਭੇਟ ਚੜ੍ਹਦੇ ਆ ਤੇ ਨਵਜੋਤ ਸਿੰਘ ਸਿੱਧੂ ਇਹਨਾਂ ਸਾਰੇ ਐਲਾਨਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੀ ਕਿੰਨੀ ਕੁ ਹਮਦਰਦੀ ਪਿਆਰ ਤੇ ਮਾਣ ਸਤਿਕਾਰ ਹਾਸਲ ਕਰਨ ਦੇ ਵਿੱਚ ਰਹਿੰਦੇ ਨੇ ਕਾਮਯਾਬ ਜੀ। ਤੇ ਆਮ ਆਦਮੀ ਪਾਰਟੀ ਕਹਿੰਦੇ ਜੀ ਅਹੁਦੇਦਾਰੀਆਂ ਦੇ ਗੱਫੇ ਵੰਡੂਗੀ ਖੁੱਲ ਕੇ ਪੂਰੇ। ਵਿਧਾਨ ਸਭਾ ਚੋਣਾਂ ਦੇ ਵਿੱਚ ਉਮੀਦ ਤੋਂ ਘੱਟ ਸੀਟਾਂ ਤੇ ਵੋਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਜੀ। 100 ਸੀਟਾਂ ਭਾਲਦੇ ਸੀ ਪਰ 20 ਤੇ ਆ ਕੇ ਸੂਈ ਫੜ ਗਈ। ਵੋਟਾਂ ਲੱਗਦਾ ਸੀ ਕਿ ਸਾਨੂੰ 40-42 ਫੀਸਦੀ ਮਿਲਣਗੀਆਂ ਪਰ ਪਹਿਲਾਂ 25 ਮਿਲੀਆਂ ਸੀ ਫਿਰ 23 ਟੱਪੇ। ਹੁਣ ਹਾਲਾਤ ਇਹ ਹੋ ਗਏ ਕਿ ਆਮ ਆਦਮੀ ਪਾਰਟੀ ਉਸ ਸਿਆਸੀ ਤੌਰ ਤੇ ਲੱਗੇ ਧੱਕੇ ਤੋਂ ਸੰਭਲਣ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਅਹੁਦੇਦਾਰੀਆਂ ਦੇ ਲਈ ਭਗਵੰਤ ਮਾਨ ਨੇ ਆਖਿਆ ਸੀ ਕਿ ਅਸੀਂ ਪੈਟਰਨ ਚੇਂਜ ਕਰ ਦੇਣਾ, ਅਸੀਂ ਦਿੱਲੀ ਵਾਲੇ ਕਨਵੀਨਰ ਨਹੀਂ ਲਾਉਣੇ, ਅਸੀਂ ਤਾਂ ਪੰਜਾਬ ਦੇ ਵਿੱਚ ਜਿਹੜੇ ਰਵਾਇਤੀ ਅਹੁਦੇ ਚੱਲਦੇ ਆ ਅਸੀਂ ਉਹ ਜਿਹੜੇ ਅਹੁਦੇ ਰੱਖਾਂਗੇ, ਪ੍ਰਧਾਨ, ਨੀਤ ਪ੍ਰਧਾਨ, ਜਨਰਲ ਸਕੱਤਰ, ਖਜ਼ਾਨਚੀ, ਉਹ ਕਈ ਤਰ੍ਹਾਂ ਦੇ ਅਹੁਦੇ, ਪ੍ਰੈਸ ਸਕੱਤਰ। ਹੁਣ ਉਸ ਹਿਸਾਬ ਦੇ ਨਾਲ ਇੱਕ ਤਾਂ ਪੈਟਰਨ ਚੇਂਜ ਕਰਨਾ, ਦੂਜਾ ਇਹ ਵੀ ਪਤਾ ਲੱਗਿਆ ਕਿ ਥੋਕ ਦੇ ਭਾਅ ਅਹੁਦੇਦਾਰੀਆਂ ਵੰਡੀਆਂ ਜਾਣਗੀਆਂ ਖੁੱਲੇ ਗੱਪੇ। ਅਮਨ ਅਰੋੜਾ ਸਾਹਿਬ ਨੇ ਪੰਜਾਬ ਦਾ ਤਕਰੀਬਨ ਦੌਰਾ ਮੁਕੰਮਲ ਕਰ ਲਿਆ। ਅਧਿਕਾਰ ਉਹਨਾਂ ਨੂੰ ਮਿਲਿਆ ਹੋਇਆ ਆਮ ਆਦਮੀ ਪਾਰਟੀ ਦਾ ਢਾਂਚਾ ਤਿਆਰ ਕਰਨ ਦੇ ਲਈ। 30,000 ਦੇ ਕਰੀਬ ਅਹੁਦੇਦਾਰ ਨਿਯੁਕਤ ਕੀਤੇ ਜਾਣੇ ਆ ਸਾਰੇ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਸਿਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਪੈਰਾਂ ਸਿਰ ਖੜੇ ਹੋਣ ਦਾ ਯਤਨ ਕਰਨਾ। ਪਹਿਲੀ ਗੱਲ ਇਹ ਹੈ ਕਿ ਬੂਥ ਪ੍ਰਧਾਨ ਤੋਂ ਲੈ ਕੇ ਸੂਬਾ ਪ੍ਰਧਾਨ ਤੱਕ ਅਹੁਦੇਦਾਰਾਂ ਦੀ ਤਰਤੀਬ ਨਿਰਧਾਰਿਤ ਕੀਤੀ ਗਈ ਹੈ। ਪੰਜਾਬ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਮਹਿਲਾ ਵਿੰਗ, ਯੂਥ ਵਿੰਗ, SC/ST ਵਿੰਗ, ਕਿਸਾਨ ਵਿੰਗ, ਵਪਾਰ ਵਿੰਗ, ਟਰਾਂਸਪੋਰਟ ਵਿੰਗ, ਸਾਰਿਆਂ ਦੇ ਪ੍ਰਧਾਨ ਹੋਣਗੇ। ਫਿਰ ਆਮ ਆਦਮੀ ਪਾਰਟੀ ਦੀ ਮੁੱਖ ਇਕਾਈ ਨੂੰ ਪੰਜਾਬ ਦੇ ਵਿੱਚ 5 ਜ਼ੋਨਾਂ ਦੇ ਵਿੱਚ ਵੰਡ ਦੇਣਾ। 5 ਹੀ ਬਣਾਉਣੇ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਤੇ ਹਰ ਇੱਕ ਮੀਤ ਪ੍ਰਧਾਨ ਵੱਖੋ ਵੱਖ ਜ਼ੋਨ ਦਾ ਇੰਚਾਰਜ ਹੋਏਗਾ ਜੀ। ਹੁਣ 22 ਜ਼ਿਲ੍ਹੇ ਨੇ, 22 ਜ਼ਿਲ੍ਹਿਆਂ ਦੇ ਵਿੱਚ 40 ਪ੍ਰਧਾਨ ਨਿਯੁਕਤ ਕਰਨੇ ਆ। ਹਰ ਇੱਕ ਜ਼ਿਲ੍ਹੇ ਦਾ ਸ਼ਹਿਰੀ ਪ੍ਰਧਾਨ ਵੀ ਹੋਏਗਾ, ਦਿਹਾਤੀ ਪ੍ਰਧਾਨ ਵੀ ਹੋਏਗਾ। ਇਹਦੇ ਤੋਂ ਬਾਅਦ 117 ਵਿਧਾਨ ਸਭਾ ਹਲਕੇ, ਸਾਰੇ ਵਿਧਾਨ ਸਭਾ ਹਲਕਿਆਂ ਦਾ ਇੱਕ ਇੱਕ ਪ੍ਰਧਾਨ ਨਿਯੁਕਤ ਕੀਤਾ ਜਾਣਾ। ਇਹਦੇ ਤੋਂ ਬਾਅਦ ਸੁਖਨੈਰ ਜੀ, ਹਰ ਇੱਕ ਵਿਧਾਨ ਸਭਾ ਹਲਕੇ ਨੂੰ ਅੱਗੋਂ 3-3 ਬਲਾਕਾਂ ਦੇ ਵਿੱਚ ਵੰਡਣਾ ਤੇ ਹਰ ਇੱਕ ਬਲਾਕ ਦਾ ਅੱਡ ਪ੍ਰਧਾਨ ਹੋਏਗਾ। 351 ਬਣਨੇ ਆ ਬਲਾਕ ਤੇ 351 ਹੀ ਹੋਣਗੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ। ਬਲਾਕ ਪ੍ਰਧਾਨਾਂ ਤੋਂ ਬਾਅਦ 6 ਤੋਂ ਲੈ ਕੇ 8 ਪਿੰਡਾਂ ਦਾ ਸਰਕਲ ਬਣਾਉਣਾ, ਉਹਨਾਂ ਸਰਕਲ ਦਾ ਵੀ ਇੱਕ ਇੱਕ ਪ੍ਰਧਾਨ ਹੋਏਗਾ। ਫਿਰ ਪੰਜਾਬ ਦੇ 13,030 ਪਿੰਡ ਨੇ, ਹਰ ਇੱਕ ਪਿੰਡ ਨੂੰ ਇਕਾਈ ਮੰਨ ਕੇ ਆਮ ਆਦਮੀ ਪਾਰਟੀ ਦਾ ਉਸ ਪਿੰਡ ਦਾ ਵੀ ਪ੍ਰਧਾਨ ਬਣਾਉਣਾ। ਜਿਹੜੇ ਪਿੰਡਾਂ ਦੇ ਵਿੱਚ 2-2 ਪੰਚਾਇਤਾਂ ਜਾਂ ਜਿਹੜੇ ਪਿੰਡਾਂ ਦੇ ਵਿੱਚ 2-2 ਪੋਲਿੰਗ ਬੂਥ ਨੇ ਉੱਥੇ ਪ੍ਰਧਾਨ 1-2 ਵੀ ਬਣਾਏ ਜਾ ਸਕਦੇ, 2-3 ਵੀ ਬਣਾਏ ਜਾ ਸਕਦੇ ਆ। ਕੁੱਲ ਮਿਲਾ ਕੇ ਜਿਹੜੀ ਗਿਣਤੀ ਹੈ ਉਹ 30,000 ਬਣਨੀ ਹੈ ਅਹੁਦੇਦਾਰਾਂ ਦੀ, ਤੇ ਇਸੇ ਮਹੀਨੇ ਦੇ ਵਿੱਚ ਅੱਧੇ ਤੋਂ ਵੱਧ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਹੋ ਸਕਦਾ। ਸੋ ਵੇਖਦੇ ਆ ਆਮ ਆਦਮੀ ਪਾਰਟੀ ਜਦੋਂ ਅਹੁਦੇਦਾਰ ਚੁਣਦੀ ਹੈ ਫਾਰਮੂਲਾ ਕਿਹੜਾ ਵਰਤਿਆ ਜਾਏਗਾ। ਸੁਖਨੈਰ ਜੀ, ਪਿਛਲੇ ਸਮੇਂ ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਦੇ ਲਈ ਟਿਕਟਾਂ ਦੀ ਕੀਤੀ ਗਈ ਹੈ ਵੰਡ, ਜਦੋਂ ਉਮੀਦਵਾਰਾਂ ਦੀ ਕੀਤੀ ਗਈ ਹੈ ਚੋਣ, ਉਸ ਵੇਲੇ ਬਹੁਤ ਸਾਰੇ ਹਲਕਿਆਂ ਤੋਂ ਦੋਸ਼ ਲੱਗਾ ਸੀ ਕਿ ਜਿਹੜੇ ਤਾਂ ਕੰਮ ਕਰਨ ਵਾਲੇ ਲੀਡਰ ਤੇ ਵਲੰਟੀਅਰ ਸੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਉਹਨਾਂ ਦੇ ਨਾਮ ਕਿਸੇ ਨੇ ਵਿਚਾਰੇ ਹੀ ਨਹੀਂ। ਜਿਹੜੇ ਅੱਗੇ ਹੋ ਕੇ ਫੋਟੋਆਂ ਫਾਟੋਆਂ ਖਿਚਵਾਉਂਦੇ ਸੀ ਉਹਨਾਂ ਦੇ ਵਿੱਚੋਂ ਕਈ ਟਿਕਟਾਂ ਲੈ ਗਏ, ਜਿਹਨਾਂ ਦਾ ਉੱਪਰ ਥੱਲੇ ਕਿਸੇ ਨਾ ਕਿਸੇ ਤਰੀਕੇ ਹੱਥ ਪੈਂਦਾ ਸੀ, ਉਹਨਾਂ ਨੇ ਆਪਣਾ ਕੰਮ ਜਿਹੜਾ ਕਿਸੇ ਨਾ ਕਿਸੇ ਤਰੀਕੇ ਕਢਵਾ ਲਿਆ। ਜੇ ਤਾਂ ਉਸੇ ਫਾਰਮੂਲੇ ਨੂੰ ਸਾਹਮਣੇ ਰੱਖ ਕੇ ਅਹੁਦੇਦਾਰੀਆਂ ਵੱਡੀਆਂ, ਪ੍ਰਧਾਨ ਵੀ ਲਾਭ, ਆਮ ਆਦਮੀ ਪਾਰਟੀ ਲਾਭ ਦੇ ਵਿੱਚ ਜਾਣ ਦੀ ਜਗ੍ਹਾ ਨੁਕਸਾਨ ਚ ਜਾ ਸਕਦੀ ਹੈ, ਕਿਉਂਕਿ ਕੰਮ ਕਰਨ ਵਾਲਿਆਂ ਨੂੰ ਫਿਰ ਲੱਗਣਾ ਕਿ ਪਾਈਏ ਤਾਂ ਪੁਰਾਣੇ ਹਿਸਾਬ ਤਾਲ ਦੇ ਨਾਲ ਚਲੀ ਜਾਂਦੇ, ਪਰ ਜੇ ਕੰਮ ਕਰਨ ਵਾਲੇ ਬੰਦਿਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਤੇ ਆਮ ਆਦਮੀ ਪਾਰਟੀ ਸਮੁੱਚੇ ਪੰਜਾਬ ਦੇ ਵਿੱਚ ਇਕਜੁੱਟ ਹੋ ਕੇ ਸਿਆਸੀ ਤੌਰ ਤੇ ਮਜ਼ਬੂਤੀ ਹਾਸਲ ਕਰਕੇ ਅੱਗੇ ਵੱਧ ਵੀ ਸਕਦੀ ਹੈ। ਹੁਣ ਇਹਦੇ ਨਾਲ ਨਾਲ ਇਹਦੀ ਗੱਲ ਆਪਣੇ ਆਪ ਦੇ ਵਿੱਚ ਗੋਲਣ ਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਐਸੀ ਜਦੋਂ ਜਥੇਬੰਦਕ ਢਾਂਚਾ ਹੋਇਆ, ਕੱਲ ਦੀ ਘੜੀ ਤੱਕ ਕਿਸੇ ਵੀ ਕੇਂਦਰੀ ਲੀਡਰ ਦੀ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਜਾਪਰੀ। ਅੰਦਰ ਖਾਤੇ ਕੋਈ ਦਖਲ ਅੰਦਾਜ਼ੀ ਹੋਏ, ਕੋਈ ਇੰਸਟਰਕਸ਼ਨਾਂ ਦਿੱਤੀਆਂ ਜਾਂਦੀਆਂ ਹੋਣ, ਉਹ ਗੱਲ ਵੱਖਰੀ ਹੈ, ਪਰ ਖੁੱਲੇ ਆਮ ਇਸ ਤਰੀਕੇ ਦੀ ਕੋਈ ਗੱਲ ਸਾਨੂੰ ਸਾਹਮਣੇ ਨਜ਼ਰ ਨਹੀਂ ਆ ਰਹੀ। ਭਗਵੰਤ ਮਾਨ ਸਾਹਿਬ ਦਾ ਇੱਕ ਬਿਆਨ ਆ ਗਿਆ, ਉਹ ਕਹਿੰਦੇ ਕਿ ਇਸ ਵੇਲੇ ਇਹ ਗੱਲ ਪੱਕੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰੁਸੇ ਹੋਏ ਸਾਡੇ ਲੀਡਰ ਤੇ ਵਲੰਟੀਅਰ ਨੇ, ਉਹਨਾਂ ਸਾਰੇ ਲੀਡਰਾਂ ਤੇ ਵਲੰਟੀਅਰਾਂ ਨੂੰ ਅਸੀਂ ਮਨਾ ਕੇ ਆਮ ਆਦਮੀ ਪਾਰਟੀ ਦੀ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣਾ। ਉਹਦੇ ਵਿੱਚ ਵੀ 2 ਪਹਿਲੂ ਨੇ। ਜੇ ਤਾਂ ਸੁਖਨੈਰ ਜੀ ਅਹੁਦੇਦਾਰੀਆਂ ਵੰਡਣ ਤੋਂ ਬਾਅਦ ਭਗਵੰਤ ਮਾਨ ਸਾਹਿਬ ਲੋਕਾਂ ਦੇ ਘਰਾਂ ਦੇ ਵਿੱਚ ਗਏ, ਫਿਰ ਕੰਮ ਮੁਸ਼ਕਲ ਹੋ ਜੂ, ਕਿਉਂਕਿ ਅਗਲੇ ਕਹਿਣਗੇ ਕਿ ਤੁਸੀਂ ਅਹੁਦੇਦਾਰ ਬਣਾਤੇ, ਤੁਸੀਂ ਆਪਣੇ ਫੈਸਲੇ ਕਰ ਲੈ,
ਉਹਦੇ ਤੋਂ ਬਾਅਦ ਸਾਨੂੰ ਪਾਰਟੀ ਦੇ ਵਿੱਚ ਲਿਜਾ ਕੇ ਦਰਸ਼ਕਾਂ ਵਜੋਂ ਕੁਰਸੀ ਤੇ ਬਿਠਾਉਣਾ ਤਾਂ ਅਸੀਂ ਦੇਖਣਾ ਤੇ ਜੇ ਅਹੁਦੇਦਾਰੀਆਂ ਵੰਡਣ ਤੋਂ ਪਹਿਲਾਂ ਕੁਝ ਇੱਕ ਲੀਡਰਾਂ ਦੇ ਕੁਝ ਇੱਕ ਵਲੰਟੀਅਰਾਂ ਦੇ ਘਰਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਜਾਂਦੇ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਫਿਰ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਆਓ ਆਮ ਆਦਮੀ ਪਾਰਟੀ ਨੂੰ ਇਕੱਠੇ ਹੋ ਕੇ ਚਲਾਈਏ ਫਿਰ ਕੁਝ ਹੱਦ ਤੱਕ ਸੰਭਾਵਨਾ ਬਣ ਸਕਦੀ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਰਿਸੇ ਹੋਏ ਕੁਝ ਗੁੱਠੇ ਲੱਗੇ ਹੋਏ ਕੁਝ ਦੂਜੀਆਂ ਪਾਰਟੀਆਂ ਦੇ ਵਿੱਚ ਗਏ ਹੋਏ ਲੋਕ ਜਿਹੜੇ ਵਾਪਸ ਆ ਜਾਣ ਤੇ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਤੇ ਥੋੜੀ ਮਜ਼ਬੂਤੀ ਮਿਲੇ ਜੀ ਪਰ ਇੱਕ ਗੱਲ ਤਾਂ ਇਹ ਹੈ ਨਾ ਜੀ ਕਿ ਜਿਹੜਿਆਂ ਦੇ ਫੋਨ ਨਹੀਂ ਚੱਕਦੇ ਸੀ ਜਿਹਨਾਂ ਨਾਲ ਗੱਲ ਨਹੀਂ ਕਰਦੇ ਸੀ ਅਗਲੇ ਵੀ ਨੱਕ ਤੇ ਮਾਰਦੇ ਹੋਣੇ ਆ ਹੁਣ ਗੱਲ ਸੁਖਨਾਬ ਜੀ ਫੋਨ ਤਾਂ ਬਹੁਤੇ ਪੱਤਰਕਾਰਾਂ ਦੇ ਵੀ ਕਈਆਂ ਨੇ ਚੱਕਣੇ ਬੰਦ ਕਰਤੇ ਸੀ ਜਿਹਨਾਂ ਦੇ ਪਹਿਲਾਂ ਬਹੁਤ ਫੋਨ ਚੱਕਦੇ ਹੁੰਦੇ ਸੀ ਇਸ ਕਰਕੇ ਗੱਲਾਂ ਤਾਂ ਜਿਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਹੁਣ ਉਹਨਾਂ ਤੋਂ ਗੱਲਾਂ ਤਾਂ ਸੁਣਨੀਆਂ ਪੈਣੀਆਂ ਜੇ ਤਾਂ ਸੁਣ ਲੈਣਗੇ ਨਿਮਰਤਾ ਸਹਿਤ ਫਿਰ ਗੱਲ ਬਣ ਜੂ ਤੇ ਜੇ ਅੱਗੇ ਤਰਕ ਵਿਤਰਕ ਕਰਨਗੇ ਫਿਰ ਅਗਲਿਆਂ ਦੇ ਕੋਲ ਵੀ ਮਸਾਲਾ ਬਥੇਰਾ ਹੋਣਾ ਜੀ ਮਾਨ ਸਾਹਿਬ ਕਿਹੜਾ ਸੰਸਦ ਮੈਂਬਰ ਹੈ ਜਿਹੜਾ ਅਧਿਕਾਰੀਆਂ ਦੀ ਕਲਾਸ ਲਾ ਗਿਆ ਜੀ ਚੌਧਰੀ ਸੰਤੋਖ ਸਿੰਘ ਨੇ ਜੀ ਜਲੰਧਰ ਵਾਲੇ ਮੈਂਬਰ ਪਾਰਲੀਮੈਂਟ ਜੀ ਹੁਣ ਚੌਧਰੀ ਸੰਤੋਖ ਸਿੰਘ ਹੋਰਾਂ ਦਾ ਮਸਲਾ ਇਹ ਹੈ ਕਿ ਮੁੰਡੇ ਨੂੰ ਐਤਕੀ ਟਿਕਟ ਮਿਲੀ ਸੀ ਵਿਧਾਨ ਸਭਾ ਦੀ ਉਹ ਹਰ ਗਿਆ ਫਲੋਰ ਤੋਂ ਪਿਛਲੀ ਵਾਰੀ ਆਪ ਹਰ ਗਿਆ ਸੀ ਮੈਂਬਰ ਪਾਰਲੀਮੈਂਟ ਨੇ ਤੇ ਮੈਂਬਰ ਪਾਰਲੀਮੈਂਟ ਨੇ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਵਿੱਚੋਂ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਸੂਬਾ ਸਰਕਾਰਾਂ ਪੰਜਾਬ ਦੇ ਬਹੁਤ ਸਾਰੇ ਲੀਡਰ ਇੱਕ ਗੱਲ ਠੋਕ ਵਜਾ ਕੇ ਕਹਿ ਦਿੰਦੇ ਆ ਕਿ ਜੀ ਸਾਡੇ ਨਾਲ ਤਾਂ ਕੇਂਦਰ ਮਤਰੇ ਪੁੱਤ ਵਾਲਾ ਧੀ ਵਾਲਾ ਸਲੂਕ ਕਰਦੇ ਆ ਸਾਨੂੰ ਨੀ ਪੈਸਾ ਢੀਲੇ ਦਿੰਦੇ ਸਾਨੂੰ ਫੰਡ ਹੀ ਨੀ ਦਿੰਦੇ ਸਾਡੀ ਕਦੇ ਇਹਨਾਂ ਨੇ ਬਾਂਹ ਹੀ ਨੀ ਫੜੀ ਪਰ ਇਸ ਮੀਟਿੰਗ ਦੇ ਵਿੱਚੋਂ ਇਹ ਵੀ ਪਤਾ ਲੱਗ ਗਿਆ ਕਿ ਬਹੁਤ ਸਾਰੀਆਂ ਕੇਂਦਰੀ ਸਕੀਮਾਂ ਨੇ ਅਗਲੇ ਤੁਹਾਡੇ ਵੱਲੋਂ ਗੇਂਦ ਸਿੱਟ ਦਿੰਦੇ ਆ ਬੋਚਣੀ ਤੁਸੀਂ ਆਪ ਹੁੰਦੀ ਆ ਸਕੀਮਾਂ ਨੂੰ ਲਾਗੂ ਤੁਸੀਂ ਕਰਾਉਣਾ ਹੁੰਦਾ ਪੰਜਾਬ ਦੇ ਵਿੱਚ ਕੇਂਦਰੀ ਸਕੀਮਾਂ ਦੇ ਹਾਲ ਕੀ ਨੇ ਇਹ ਜਲੰਧਰ ਦੀ ਡਿਸਟ੍ਰਿਕਟ ਡਿਵੈਲਪਮੈਂਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੇ ਵਿੱਚੋਂ ਪਤਾ ਲੱਗਿਆ ਹੁਣ ਮੀਟਿੰਗ ਦੇ ਵਿੱਚ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਬੈਠੇ ਹੋਏ ਨੇ ਕਾਂਗਰਸੀ ਲੀਡਰ ਸਾਰੇ ਅਧਿਕਾਰੀ ਜ਼ਿਲ੍ਹੇ ਦੇ ਬੈਠੇ ਹੋਏ ਨੇ ਚੌਧਰੀ ਸੰਤੋਖ ਸਿੰਘ ਸਭ ਤੋਂ ਪਹਿਲਾਂ ਸੋਸ਼ਲ ਸਿਕਿਉਰਿਟੀ ਵਾਲੇ ਅਧਿਕਾਰੀ ਜਿਹੜੇ ਨੇ ਬਲਵਿੰਦਰ ਸਿੰਘ ਉਹਨਾਂ ਨੂੰ ਪੁੱਛ ਲਿਆ ਕਿ ਸਰਦਾਰ ਸਾਹਿਬ ਤੁਸੀਂ ਦੱਸੋ ਜਲੰਧਰ ਦੇ ਵਿੱਚ ਕਿੰਨੇ ਲੋਕਾਂ ਨੂੰ ਪੈਨਸ਼ਨ ਮਿਲਦੀ ਹੈ ਉਹ ਕਹਿੰਦੇ ਜੀ 3000 ਫਿਰ ਚੌਧਰੀ ਸੰਤੋਖ ਸਿੰਘ ਨੇ ਸਵਾਲ ਪੁੱਛਿਆ ਕਿ ਜਦੋਂ 2011 ਦੇ ਵਿੱਚ ਸਰਵੇਖਣ ਹੋਇਆ ਸੀ ਕਿੰਨੇ ਲੋਕ ਪੈਨਸ਼ਨ ਦੇ ਯੋਗ ਸੀ ਉਹ ਕਹਿੰਦੇ 60000 ਜੀ ਹੁਣ ਚੌਧਰੀ ਸੰਤੋਖ ਸਿੰਘ ਨੇ ਪੁੱਛਿਆ ਕਿ ਯੋਗ ਲੋਕ ਨੇ 60000 ਪੈਨਸ਼ਨ ਮਿਲਦੀ ਹੈ 3000 ਨੂੰ ਬਾਕੀ ਜਲੰਧਰ ਜ਼ਿਲ੍ਹੇ ਦੇ 57000 ਲੋਕ ਹੈਗੇ ਕਿੱਥੇ ਨੇ ਕੋਈ ਜਵਾਬ ਨਹੀਂ ਵੱਡੇ ਅਧਿਕਾਰੀਆਂ ਨੂੰ ਪੁੱਛ ਲਿਆ ਉੱਥੇ ਬੈਠੇ ਸੀ ਕਿ ਤੁਸੀਂ ਦੱਸੋ ਏਸੀ ਕਮਰਿਆਂ ਚ ਬਹਿੰਦੇ ਹੋ ਵਧੀਆ ਚਾਹ ਪੀਂਦੇ ਹੋ ਨਾਲ ਤੜਕ ਦੇ ਬਿਸਕੁਟ ਖਾਂਦੇ ਹੋ ਨੌਕਰ ਚਾਕਰ ਤੁਹਾਨੂੰ ਸਰਕਾਰ ਨੇ ਦਿੱਤੇ ਹੋਏ ਨੇ ਤੁਸੀਂ ਦਫ਼ਤਰਾਂ ਦੇ ਵਿੱਚ ਬੈਠ ਕੇ ਮੋਨੀਟਰਿੰਗ ਤੇ ਜਾਂਦੀ ਕਰਦੇ ਹੋ ਜੇ ਮੈਨੂੰ ਪਤਾ ਹੈ ਕਿ 60000 ਬੰਦਾ ਇੱਥੇ ਪੈਨਸ਼ਨ ਲੈਣ ਦੇ ਲਈ ਯੋਗ ਹੈ 3000 ਲੈ ਰਿਹਾ ਤਾਂ ਤੁਹਾਨੂੰ ਬਾਕੀ 57000 ਬੰਦਿਆਂ ਦੇ ਅੰਕੜੇ ਦਾ ਪਤਾ ਹੀ ਨਹੀਂ ਲੱਗਾ ਨਾਲ ਦੀ ਨਾਲ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਤੇ ਇੱਕ ਮਹੀਨੇ ਦਾ ਅਲਟੀਮੇਟਮ ਚੌਧਰੀ ਸੰਤੋਖ ਸਿੰਘ ਨੇ ਦਿੱਤਾ ਉਹ ਕਹਿੰਦੇ ਲੋਕਾਂ ਦੇ ਵਿੱਚ ਖੁਦ ਜਾਓ ਕਿਸੇ ਨੂੰ ਦਫ਼ਤਰ ਨਹੀਂ ਸੱਦਣਾ ਭਾਵੇਂ ਪਿੰਡਾਂ ਚ ਜਾ ਕੇ ਕੈਂਪ ਲਾਓ ਭਾਵੇਂ ਕੋ ਹੈਲਪਲਾਈਨ ਨੰਬਰ ਸ਼ੁਰੂ ਕਰੋ ਭਾਵੇਂ ਘਰ ਘਰ ਜਾ ਕੇ ਦਰਵਾਜ਼ੇ ਖੜਕਾਓ ਇੱਕ ਮਹੀਨੇ ਬਾਅਦ ਮੀਟਿੰਗ ਕਰਨੀ ਹੈ ਤਾਂ ਮੈਨੂੰ ਇਹ ਲੋਕਾਂ ਦਾ ਅੰਕੜਾ 3000 ਤੋਂ ਵੱਧ ਕੇ ਘੱਟੋ ਘੱਟ 10000 ਚਾਹੀਦਾ ਜ਼ਰੂਰ ਹੈ ਜੀ ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਨਸ਼ਨ ਲੈਣ ਦੇ ਲਈ ਬਹੁਤ ਸਾਰੇ ਫਾਰਮ ਭਰੇ ਗਏ ਸੀ ਪਰ ਫਾਰਮ ਉੱਦਾਂ ਦੇ ਉੱਦੇ ਪਏ ਆ ਕੋਡ ਆਫ ਕੰਡਕਟ ਲੱਗ ਗਿਆ ਸੀ ਨਾ ਕਿਸੇ ਨੇ ਪੈਨਸ਼ਨ ਦੇਣੀ ਸੀ ਚੌਧਰੀ ਸੰਤੋਖ ਸਿੰਘ ਨੇ ਹੁਣ ਇਹ ਵੀ ਹੁਕਮ ਦਿੱਤਾ ਕਿ ਉਹ ਜਿਹੜੇ ਫਾਰਮ ਭਰੇ ਗਏ ਆ ਜਾਂਚ ਪੜਤਾਲ ਕਰੋ ਜਿਹੜੇ ਯੋਗ ਲੋਕ ਨੇ ਉਹਨਾਂ ਦੀ ਪੈਨਸ਼ਨ ਜਾਰੀ ਕਰੋ ਅਗਲੀ ਗੱਲ ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ ਕਿ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਘਰ ਬਣਾ ਕੇ ਦੇਣਾ ਜਿਹਨਾਂ ਦੇ ਘਰ ਡਿੱਗਣ ਵਾਲੇ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਉਹਨਾਂ ਨੂੰ ਮੁਰੰਮਤ ਦੇ ਲਈ ਗ੍ਰਾਂਟ ਦੇਣੀ ਹੈ ਚਾਰ ਯੋਜਨਾਵਾਂ ਨੇ ਚੌਧਰੀ ਸੰਤੋਖ ਸਿੰਘ ਨੇ ਪੁੱਛਿਆ ਕਿ ਜਲੰਧਰ ਦੇ ਵਿੱਚ ਕਿੰਨੇ ਲੋਕਾਂ ਨੂੰ ਇਹਨਾਂ ਚਾਰ ਯੋਜਨਾਵਾਂ ਦਾ ਲਾਭ ਦਿੱਤਾ ਕਹਿੰਦੇ ਜੀ ਕਿਸੇ ਨੂੰ ਵੀ ਨਹੀਂ ਉਹ ਹੈਰਾਨ ਹੋ ਗਏ ਕਹਿੰਦੇ ਚਲੋ ਕੋਈ ਗੱਲ ਨਹੀਂ ਸਿਰ ਦੇ ਉੱਤੇ ਸਾਰਿਆਂ ਦੇ ਛੱਤ ਹੋਣੀਆਂ ਫਿਰ ਯੋਗ ਹੈ ਹੀ ਨਹੀਂ ਦੇ ਨਹੀਂ ਸਕਦੇ ਫਿਰ ਜਵਾਬ ਆ ਗਿਆ ਮਨ ਦੇ ਵਿੱਚ ਆ ਗਿਆ ਸਵਾਲ ਅਚਾਨਕ ਕਿ ਕੀ ਕਿਸੇ ਨੇ ਅਪਲਾਈ ਕੀਤਾ ਕਹਿੰਦੇ ਜੀ ਅਪਲਾਈ ਤਾਂ ਕੀਤਾ 4500 ਬੰਦੇ ਨੇ ਹੁਣ 4500 ਬੰਦੇ ਨੇ ਅਪਲਾਈ ਕੀਤਾ ਸਹਾਇਤਾ ਇੱਕ ਨੂੰ ਵੀ ਨਹੀਂ ਮਿਲੀ ਇਹਦਾ ਮਤਲਬ ਹੈ ਕਿ ਅਧਿਕਾਰੀਆਂ ਨੇ ਉਹਨਾਂ ਦੇ ਕੇਸ ਚੰਗੇ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਟੇਬਲ ਦੇ ਉੱਤੇ ਜਾ ਕੇ ਰੱਖੇ ਹੀ ਨਹੀਂ ਝਾੜ ਝੱਬ ਜਿੰਨੀ ਕੁ ਕਰ ਸਕਦੇ ਸੀ ਉਨੀ ਚੌਧਰੀ ਸੰਤੋਖ ਸਿੰਘ ਨੇ ਕੀਤੀ ਫਿਰ ਵਾਰੀ ਆ ਗਈ ਮਨਰੇਗਾ ਦੀ ਮਨਰੇਗਾ ਬਾਰੇ ਪੁੱਛ ਲਿਆ ਕਿ ਮਨਰੇਗਾ ਸਕੀਮ ਮਨਰੇਗਾ ਦੇ ਵਿੱਚ ਵੀ ਪਤਾ ਲੱਗਾ ਕਿ ਜਲੰਧਰ ਜ਼ਿਲ੍ਹਾ ਸਾਰੇ ਪੰਜਾਬ ਤੋਂ ਪਛੜਿਆ ਕੇਵਲ 54 ਲੱਖ ਰੁਪਈਆ ਪਿਛਲੇ ਵਰ੍ਹੇ ਦੇ ਵਿੱਚ ਮਨਰੇਗਾ ਦੀ ਸਕੀਮ ਦੇ ਅਧੀਨ ਖਰਚਿਆ ਇੱਕ ਮਹੀਨੇ ਦਾ ਅਲਟੀਮੇਟਮ ਚੌਧਰੀ ਸੰਤੋਖ ਸਿੰਘ ਨੇ ਇੱਥੇ ਵੀ ਦਿੱਤਾ ਕਿ ਇੰਨੇ ਢਿੱਲੇ ਵਗੋ ਇਹ ਨਾ ਹੋਵੇ ਕਿ ਤੁਹਾਡੀਆਂ ਦੂਰ ਦਰਾਜ ਕਿਤੇ ਬਦਲੀਆਂ ਕਰਾਉਣੀਆਂ ਪੈਣ ਸਖ਼ਤ ਹੋ ਕੇ ਕੰਮ ਕਰੋ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਕੇਂਦਰੀ ਸਕੀਮਾਂ ਤੋਂ ਲਾਭ ਦੇ ਸਕਦੇ ਆ ਉਹਨਾਂ ਦਿਓ ਹੁਣ ਚੌਧਰੀ ਸੰਤੋਖ ਸਿੰਘ ਉੱਠਣ ਲੱਗੇ ਸੁਖਨਾਬ ਜੀ ਬੜੀ ਇੰਪੋਰਟੈਂਟ ਗੱਲ
ਲੋਕ ਵੀ ਬੈਠੇ ਸੀ ਕਹਿੰਦੇ ਜੇ ਕਿਸੇ ਨੂੰ ਕੋਈ ਹੋਰ ਸ਼ਿਕਾਇਤ ਕੋਈ ਇਤਰਾਜ਼ ਦੱਸੋ ਕਿੰਨੇ ਲੋਕ ਇਕੱਠੇ ਖੜੇ ਹੋ ਗਏ ਕਹਿੰਦੇ ਜੀ ਸਾਨੂੰ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਜਿਹੜੀਆਂ ਮੁਫ਼ਤ ਦਵਾਈਆਂ ਮਿਲਣੀਆਂ ਚਾਹੀਦੀਆਂ ਮਿਲ ਨਹੀਂ ਰਹੀਆਂ ਮੌਕੇ ਦੇ ਉੱਤੇ ਪਤਾ ਕਰਾਇਆ ਪਤਾ ਲੱਗਾ ਕਿ ਕਰੋੜਾਂ ਰੁਪਈਆਂ ਦੀਆਂ ਦਵਾਈਆਂ ਜਿਹੜੀਆਂ ਸਰਕਾਰੀ ਖਾਤੇ ਦੇ ਵਿੱਚੋਂ ਸਰਕਾਰੀ ਹਸਪਤਾਲਾਂ ਦੇ ਲਈ ਖਰੀਦੀਆਂ ਗਈਆਂ ਪਰ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਦਵਾਈਆਂ ਲੋਕਾਂ ਨੂੰ ਮਿਲੀਆਂ ਨੀ ਹੁਣ ਉਹ ਕਿੱਥੇ ਖੁਰਦ ਬੁਰਦ ਹੋ ਗਈਆਂ ਕਿੱਥੇ ਵੇਚ ਦਿੱਤੀਆਂ ਕਿਹਦੇ ਢਿੱਡ ਦੇ ਵਿੱਚ ਪਈਆਂ ਕਿਹੜਾ ਤਕੜਾ ਹੋ ਗਿਆ ਕਿਹੜਾ ਮਾੜਾ ਹੋ ਗਿਆ ਉਹਦੇ ਬਾਰੇ ਵੀ ਜਾਂਚ ਤੇ ਹੁਕਮ ਜਿਹੜੇ ਆ ਉਹ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਦੇ ਦਿੱਤੇ ਸੋ ਵੇਖਦੇ ਹਾਂ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਜਿਹੜੇ ਉਹਨਾਂ ਨੇ ਟਾਰਗੇਟ ਦਿੱਤੇ ਨੇ ਉਹਨਾਂ ਟਾਰਗੇਟ ਦੇ ਵਿੱਚੋਂ ਕਿੰਨੇ ਕੁ ਟਾਰਗੇਟ ਅਚੀਵ ਹੁੰਦੇ ਆ ਤੇ ਕਿੰਨੇ ਕੁ ਅੱਗੇ ਪਿੱਛੇ ਹੁੰਦੇ ਆ ਨਜ਼ਰਾਂ ਇਸ ਗੱਲ ਦੇ ਉੱਤੇ ਸਤਨਾਰ ਜੀ ਟਿੱਕੀਆਂ ਰਹਿਣਗੀਆਂ ਜੀ ਬਿਲਕੁਲ ਜੀ ਨਜ਼ਰਾਂ ਟਿਕਾ ਕੇ ਵੀ ਰੱਖਣ ਦੀ ਲੋੜ ਹੈ ਕੈਪਟਨ ਸਰਕਾਰ ਨੇ ਕਹਿੰਦੇ ਜੀ ਬੰਦ ਕੀਤੇ ਆ ਸੰਗਤ ਦਰਸ਼ਨ ਸੁਖਨਾਥ ਜੀ ਸੰਗਤ ਦਰਸ਼ਨ ਬੜੇ ਚਰਚਾ ਦੇ ਵਿੱਚ ਰਿਹਾ ਪਿਛਲੇ ਸਮੇਂ ਚ ਅਕਾਲੀ ਦਲ ਕਹਿੰਦਾ ਹੁੰਦਾ ਸੀ ਕਿ 10 ਸਾਲਾਂ ਦੇ ਵਿੱਚ ਜੋ ਬਾਦਲ ਸਾਹਿਬ ਨੇ ਸੰਗਤ ਦਰਸ਼ਨ ਦੇ ਰੂਪ ਦੇ ਵਿੱਚ ਕੀਤਾ ਉਹ ਬਹੁਤ ਵੱਡੀ ਚੀਜ਼ ਹੈ ਤੇ ਉਹਨਾਂ ਸੰਗਤ ਦਰਸ਼ਨਾਂ ਵਰਗੀ ਚੀਜ਼ ਅਜੇ ਤੱਕ ਭਾਰਤ ਦੇ ਵਿੱਚ ਕਿਤੇ ਹੋਈ ਨਹੀਂ ਲੋਕਾਂ ਦੇ ਨੇੜੇ ਜਾ ਕੇ ਆਪ ਗਰੰਟਾਂ ਜਿਹੜੀਆਂ ਉਹ ਦੇਣੀਆਂ ਖਾਲਾ ਜੀ ਦਾ ਬੜਾ ਨਹੀਂ ਇਹ ਪੰਜਾਬ ਦੇ ਮੁੱਖ ਮੰਤਰੀ ਉਸ ਵੇਲੇ ਦੇ ਪ੍ਰਕਾਸ਼ ਸਿੰਘ ਬਾਦਲ ਦੀ ਸੱਜਣ ਪਾਈ ਸੀ ਕਾਂਗਰਸੀ ਤੇ ਵਿਰੋਧੀ ਧਿਰਾਂ ਵਾਲੇ ਕਹਿੰਦੇ ਸੀ ਕਿ ਇਹਦੇ ਵਿੱਚ ਕੋਈ ਚੰਗੀ ਗੱਲ ਨਹੀਂ ਸਰਕਾਰੀ ਪੈਸੇ ਨੂੰ ਖਰਾਬ ਕਰਨ ਵਾਲੀ ਗੱਲ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਕਹਿੰਦੇ ਸੀ ਕਿ ਜੇ ਮੇਰੀ ਸਰਕਾਰ ਆ ਗਈ ਮੈਂ ਸੰਗਤ ਦਰਸ਼ਨ ਬੰਦ ਕਰ ਦੂੰ ਇਹ ਗੱਲ ਬਿਲਕੁਲ ਸੱਚੀ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਦਾ ਆਪ ਪਿੰਡਾਂ ਦੇ ਵਿੱਚ ਜਾ ਕੇ ਪੰਚਾਇਤਾਂ ਨੂੰ ਮਿਲਣਾ ਪੁੱਛ ਕੇ ਗਰੰਟਾਂ ਦੇਣਾ ਇੱਕ ਚੰਗੀ ਗੱਲ ਸੀ ਪਰ ਉਹਨਾਂ ਨੂੰ ਸੰਗਤ ਦਰਸ਼ਨਾਂ ਦਾ ਨਾਂ ਦਿੱਤਾ ਜਾਵੇ ਜਾਂ ਪੰਚਾਇਤ ਦਰਸ਼ਨ ਦਾ ਨਾਂ ਦਿੱਤਾ ਜਾਵੇ ਜਾਂ ਅਕਾਲੀ ਦਰਸ਼ਨ ਦਾ ਨਾਂ ਦਿੱਤਾ ਜਾਵੇ ਇਹ ਗੱਲ ਬਹਿਸ ਦਾ ਮੁੱਦਾ ਕਿਉਂਕਿ ਆਪਾਂ ਕਈ ਵਾਰ ਦੇਖਿਆ ਕਿ ਜਿਹੜੇ ਅਸਲ ਦੇ ਵਿੱਚ ਲੋੜਵੰਦ ਨੇ ਜਿਹੜੇ ਅਸਲ ਦੇ ਵਿੱਚ ਹੰਬੇ ਤੇ ਝੰਬੇ ਹੋਏ ਲੋਕ ਨੇ ਉਹ ਤਾਂ ਬਾਹਰ ਸੁਰੱਖਿਆ ਕਰਮਚਾਰੀਆਂ ਦੀਆਂ ਮਿੰਨਤਾਂ ਹੀ ਕਰਦੇ ਰਹਿੰਦੇ ਹੁੰਦੇ ਸੀ ਪੈਰ ਫੜਦੇ ਸੀ ਕਿ ਸਾਨੂੰ ਮੁੱਖ ਮੰਤਰੀ ਦੇ ਮੂਹਰੇ ਜਾ ਲੈਂਦੇ ਉਹਨਾਂ ਨੂੰ ਠੁੱਡੇ ਪੈਂਦੇ ਸੀ ਜਦੋਂ ਬੇਰੁਜ਼ਗਾਰ ਜਾਂਦੇ ਸੀ ਖੇਤੇ ਵਾਲੇ ਜਾਂਦੇ ਸੀ ਕਿ ਭਾਈ ਸਾਡੇ ਨਾਲ ਵਾਅਦਾ ਕੀਤਾ ਵਫਾ ਨਹੀਂ ਕੀਤਾ ਉਹਨਾਂ ਨੂੰ ਗੁਰੂ ਘਰਾਂ ਦੇ ਹਾਲ ਦੇ ਵਿੱਚ ਬੰਦ ਕਰਤਾ ਜਾਂਦਾ ਸੀ ਜਦੋਂ ਤੱਕ ਬਾਦਲ ਸਾਹਿਬ ਦਾ ਹੈਲੀਕਾਪਟਰ ਉਡਾਰੀ ਨਹੀਂ ਸੀ ਮਾਰਦਾ ਕੁੰਡਾ ਨਹੀਂ ਸੀ ਖੋਲਿਆ ਜਾਂਦਾ ਹੁਣ ਉਹ ਸੰਗਤ ਦਰਸ਼ਨ ਅਸਲ ਦੇ ਵਿੱਚ ਸੰਗਤ ਦਰਸ਼ਨ ਸੀ ਕਿ ਨਹੀਂ ਸੀ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਇਹ ਵੀ ਗੱਲਾਂ ਬਿਲਕੁਲ ਸਾਫ਼ ਤੇ ਸਪਸ਼ਟ ਨੇ ਕਿ ਸੰਗਤ ਦਰਸ਼ਨਾਂ ਦੇ ਵਿੱਚ ਜਿਹੜੀਆਂ ਗਰੰਟਾਂ ਦਿੱਤੀਆਂ ਜਾਂਦੀਆਂ ਸੀ ਉਹ ਗਰੰਟਾਂ ਕਿਸੇ ਯੋਜਨਾ ਦੇ ਅਧੀਨ ਦਿੱਤੀਆਂ ਹੀ ਨਹੀਂ ਸੀ ਤਰਜੀਹੀ ਸੂਚੀ ਕੋਈ ਹੁੰਦੀ ਸੀ ਜਹਾਂ ਤੱਕ ਸਰਕਾਰ ਨੂੰ ਪੰਚਾਇਤ ਨੇ ਅਕਾਲੀ ਲੀਡਰਾਂ ਨੂੰ ਜਿਹਨੂੰ ਕਹਿਤੀ ਉਧਰਲੇ ਪਾਸੇ ਨੂੰ ਦੇਤੀ ਪਿੰਡ ਅੱਗੇ ਨੂੰ ਵਧਿਆ ਕੇ ਪਿੱਛੇ ਨੂੰ ਗਿਆ ਇਹਦੇ ਨਾਲ ਸਰਕਾਰ ਦਾ ਲੈਣਾ ਦੇਣਾ ਕੋਈ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੰਦ ਕਰਤੀਆਂ ਕਹਿੰਦੇ ਬਿਲਕੁਲ ਸੰਗਤ ਦਰਸ਼ਨ ਨਹੀਂ ਹੋਣਗੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਕਿ ਤੁਸੀਂ ਲਗਾਤਾਰ ਕੈਂਪ ਲਾਉਣੇ ਆ ਇਹ ਨਹੀਂ ਕਿ 25 ਸਾਲੀ ਸੰਗਤ ਦਰਸ਼ਨ ਹੋ ਕੇ ਲੋਕਾਂ ਦੇ ਮੂੰਹ ਬੰਦ ਕਰਤੇ ਲਗਾਤਾਰ ਕੈਂਪ ਲਾਓ ਲੋਕ ਤੁਹਾਡੇ ਕੈਂਪ ਦੇ ਵਿੱਚ ਆਉਣ ਤੁਹਾਨੂੰ ਆ ਕੇ ਸਮੱਸਿਆ ਦੱਸਣ ਤੇ ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋ ਨਵਜੋਤ ਸਿੰਘ ਸਿੱਧੂ ਨੇ ਆਪਕੀ ਸਰਕਾਰ ਆਪਕੇ ਦੁਆਰ ਮੁਹਿੰਮ ਪਹਿਲੇ ਸ਼ੁਰੂ ਕਰਤੀ ਹੈ ਉਹਨਾਂ ਨੇ ਲੁਧਿਆਣਾ ਪਟਿਆਲਾ ਅੰਮ੍ਰਿਤਸਰ 3 ਸ਼ਹਿਰਾਂ ਦੇ ਵਿੱਚ ਜਾ ਕੇ ਅਧਿਕਾਰੀਆਂ ਨੂੰ ਸਮਝਾਤਾ ਕਿ ਜਿਵੇਂ ਮੈਂ ਸਮੱਸਿਆਵਾਂ ਸੁਣੀਆਂ ਤੁਸੀਂ ਵੀ ਇਸੇ ਤਰੀਕੇ ਸੁਣੀਆਂ ਕੈਪਟਨ ਸਾਹਿਬ ਦਾ ਇਹ ਵੀ ਤਰਕ ਹੈ ਉਹ ਕਹਿੰਦੇ 25 ਸਾਲੀ ਕਿਸੇ ਇੱਕ ਹਲਕੇ ਦੇ ਵਿੱਚ ਜਾ ਕੇ ਗ੍ਰੰਥਾਂ ਵੰਡਣ ਦੇ ਨਾਲ ਲੋਕਾਂ ਦੀ ਸਮੱਸਿਆ ਥੋੜੀ ਹੱਲ ਹੁੰਦੀ ਹੈ ਡਿਪਟੀ ਕਮਿਸ਼ਨਰ ਹਰ ਮਹੀਨੇ ਕੈਂਪ ਲਾਉਣਗੇ ਲੋਕਾਂ ਨੂੰ ਬਾਰ ਬਾਰ ਆਪਣੀ ਸਮੱਸਿਆ ਦੱਸਣ ਦਾ ਮੌਕਾ ਮਿਲੇਗਾ ਆਪੇ ਸਮੱਸਿਆਵਾਂ ਹੱਲ ਹੋਣਗੀਆਂ ਸੋ ਕੁੱਲ ਮਿਲਾ ਕੇ ਸੰਗਤ ਦਰਸ਼ਨ ਬੰਦ ਕਰ ਦਿੱਤੇ ਗਏ ਡੀਸੀ ਦਰਸ਼ਨ ਸ਼ੁਰੂ ਕਰ ਦਿੱਤੇ ਗਏ ਨੇ ਵੇਖਦੇ ਹਾਂ ਕਿ ਸਰਕਾਰੀ ਅਧਿਕਾਰੀ ਪੰਜਾਬ ਦੇ ਲੋਕਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕਿੰਨੀ ਕੁ ਜ਼ਿਆਦਾ ਸਹਿਰਦਤਾ ਦੇ ਨਾਲ ਕੰਮ ਕਰਦੇ ਨੇ ਕਿੰਨੀ ਕੁ ਸ਼ਿੱਦਤ ਦੇ ਨਾਲ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਨੇਪਰੇ ਚਾੜਦੇ ਨੇ ਇਸ ਗੱਲ ਦੇ ਉੱਤੇ ਨਿਰਭਰ ਕਰੇਗਾ ਕਿ ਮੁੱਖ ਮੰਤਰੀ ਪਿਛਲੇ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਬੰਦ ਕਰਕੇ ਜਿਹੜਾ ਡੀਸੀ ਦਰਸ਼ਨ ਸ਼ੁਰੂ ਕੀਤਾ ਉਹਨੂੰ ਪੰਜਾਬ ਦੇ ਲੋਕ ਕਿੰਨੀ ਅਹਿਮੀਅਤ ਦਿੰਦੇ ਨੇ ਜੀ ਬਾਦਲ ਸਾਹਿਬ ਸੰਜੇ ਸਿੰਘ ਹੋਰੇ ਆ ਜਿਹੜੇ ਜੀ ਲੰਮੇ ਸਮੇਂ ਦੇ ਬਾਅਦ ਲੁਧਿਆਣਾ ਪਹੁੰਚੇ ਨੇ ਇਲੈਕਸ਼ਨ ਤਾਂ ਕੋਈ ਨੇੜੇ ਹੈ ਨੀ ਜੀ ਇੱਥੇ ਸੁਖਨਾਥ ਜੀ ਕਹਿੰਦੇ ਪਾਰਟੀ ਦੀ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ ਅਸੀਂ ਮੰਨਦੇ ਹਾਂ ਪਰ ਅਸੀਂ ਸ਼ਰੇਆਮ ਤੋਂ ਗੱਲ ਨਹੀਂ ਕਰਨੀ ਪਾਰਟੀ ਦੇ ਪਲੇਟਫਾਰਮ ਤੇ ਗੱਲ ਕਰਾਂਗੇ ਪਤਾ ਨਹੀਂ ਅਗਲੀ ਚੋਣ ਤੋਂ ਪਹਿਲਾਂ ਕਰਨੀ ਹੈ ਕਿ ਕਦੋਂ ਕਰਨੀ ਹੈ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸੰਜੇ ਸਿੰਘ ਹੋਰੀ 2 ਸਾਲ ਤੋਂ ਵੱਧ ਸਮਾਂ ਆਮ ਆਦਮੀ ਪਾਰਟੀ ਦੇ ਵਿੱਚ ਮੂਹਰਲੀ ਕਤਾਰ ਚ ਰਹੇ ਕਿਸੇ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਨਹੀਂ ਸੀ ਕਰਨ ਦਿੰਦੇ ਸਭ ਤੋਂ ਵਧੀਆ ਟਾਈਮ ਜਿਹੜਾ ਹੁੰਦਾ ਸੀ ਆਮ ਆਦਮੀ ਪਾਰਟੀ ਦੀਆਂ ਕਾਨਫਰੰਸਾਂ ਦਾ ਸੰਜੇ ਸਿੰਘ ਨੂੰ ਦਿੱਤਾ ਜਾਂਦਾ ਸੀ ਕਿ ਤੁਸੀਂ ਸੰਬੋਧਨ ਕਰੋ ਲਾੜੇ ਵਰਗੀ ਭੂਮਿਕਾ ਹੁੰਦੀ ਸੀ ਆਮ ਆਦਮੀ ਪਾਰਟੀ ਦੇ ਸਮਾਗਮਾਂ 'ਚ ਤੇ ਜਦੋਂ ਆਮ ਆਦਮੀ ਪਾਰਟੀ ਹਾਰੀ ਹੈ ਸੰਜੇ ਸਿੰਘ ਨੇ ਇੱਕ ਵਾਰੀ ਵੀ ਮਹਿਸੂਸ ਨਹੀਂ ਕੀਤਾ ਕਿ ਮੈਨੂੰ ਪੰਜਾਬ ਦੇ ਵਿੱਚ ਜਾ ਕੇ ਸਪਸ਼ਟੀਕਰਨ ਦੇਣਾ ਚਾਹੀਦਾ ਮੈਨੂੰ ਜਾ ਕੇ ਹਾਰ ਕਬੂਲਣੀ ਚਾਹੀਦੀ ਹੈ ਅੱਜ ਵੀ ਉਹਨਾਂ ਨੇ ਲੁਧਿਆਣੇ ਕਿੱਥੇ ਆਉਣਾ ਸੀ ਇਸ ਕਰਕੇ ਆਉਣਾ ਪਿਆ ਕਿਉਂਕਿ ਸਾਬਕਾ ਕੈਬਨਿਟ ਮੰਤਰੀ ਮੌਜੂਦਾ ਵਿਧਾਇਕ ਤੇ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਇਹਨਾਂ ਨੇ ਬਿਆਨ ਪਿਛਲੇ ਸਮੇਂ 'ਚ ਦਿੱਤੇ ਸੀ ਅਗਲਿਆਂ ਨੇ ਮਾਣਹਾਨੀ ਦਾ ਦਾਅਵਾ ਕੀਤਾ ਹੋਇਆ ਅੰਮ੍ਰਿਤਸਰ ਦੇ ਵਿੱਚ ਵੀ ਤੇ ਲੁਧਿਆਣੇ 'ਚ ਵੀ
ਲੁਧਿਆਣੇ ਵਾਲੇ ਕੇਸ ਦੀ ਤਰੀਕ ਸੀ, ਪੇਸ਼ ਉਹਨਾਂ ਨੂੰ ਹੋਣਾ ਪੈਣਾ ਸੀ, ਇਸ ਕਰਕੇ ਪੇਸ਼ ਹੋਣ ਦੇ ਲਈ ਆਏ ਸੀ ਤਾਂ ਡਾਕੂਮੈਂਟ ਪੱਤਰਕਾਰਾਂ ਦੇ ਨਾਲ ਵੀ ਗੁਫ਼ਤਗੂ ਕਰ ਲਈ। ਪਹਿਲੀ ਗੱਲ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਹਾਰੀ ਹੈ, ਪਰ ਮੈਂ ਤਾਂ ਕਹਿੰਦੇ ਮਿਹਨਤ ਬਹੁਤ ਕੀਤੀ ਸੀ, 2 ਸਾਲ ਮੈਂ ਤਾਂ ਜਨਰਲ ਤੇ ਇੱਕ ਕਰ ਦਿੱਤਾ ਸੀ, ਪਰ ਲੋਕਾਂ ਦਾ ਯਕੀਨ ਅਸੀਂ ਪਤਾ ਨਹੀਂ ਕਿਉਂ ਨਹੀਂ ਜਿੱਤ ਸਕੇ। ਅਗਲੀ ਗੱਲ ਉਹਨੇ ਕਰਤੀ, ਉਹ ਕਹਿੰਦੇ ਕਿ ਕੈਬਨਿਟ ਮੰਤਰੀ ਉਸ ਵੇਲੇ ਦੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਮੈਂ ਜਿਹੜੀਆਂ ਗੱਲਾਂ ਕਹੀਆਂ ਸੀ ਮੈਂ ਅੱਜ ਵੀ ਉਹਨਾਂ ਗੱਲਾਂ ਦੇ ਉੱਤੇ ਕਾਇਮ ਹੈ। ਤੀਸਰੀ ਗੱਲ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਚੱਲ ਰਹੀ ਜਿਹੜੀ ਸੂਬਾ ਸਰਕਾਰ ਹੈ ਉਹਦੇ ਤੋਂ ਲੋਕ ਬਿਲਕੁਲ ਨਾ ਖੁਸ਼ ਨੇ, ਬੇਮੁੱਖ ਹੁੰਦੇ ਜਾ ਰਹੇ ਆ ਤੇ ਕਪਤਾਨ ਦੀ ਸਰਕਾਰ ਦੇ ਘਪਲੇ ਲੋਕਾਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਹਦੇ ਨਾਲ ਨਾਲ ਸੰਜੇ ਸਿੰਘ ਨੇ ਇਹ ਵੀ ਕਹਿ ਦਿੱਤਾ, ਕਹਿੰਦੇ ਹਾਰੀ ਹੈ ਆਮ ਆਦਮੀ ਪਾਰਟੀ, ਪਰ ਸਾਡੇ ਕੋਲ 22 ਵਿਧਾਇਕ ਨੇ ਬੈਂਸ ਭਰਾਵਾਂ ਨੂੰ ਨਾਲ ਲੈ ਕੇ ਅਸੀਂ ਠੋਕਰ ਜਾ ਕੇ ਵਿਰੋਧੀ ਧਿਰ ਦੇ ਵਿੱਚ ਵਧੀਆ ਕੰਮ ਕਰਾਂਗੇ ਤੇ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਨਿਗਮ ਚੋਣਾਂ ਜਿੱਤੂ। ਪਰ ਸੰਜੇ ਸਿੰਘ ਨੇ ਉਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ, ਉਹਨਾਂ ਮੁੱਦਿਆਂ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਜਿਹੜਾ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਟਿੱਪਣੀ ਕਰਨੀ ਚਾਹੀਦੀ ਸੀ ਕਿ ਇਹਨਾਂ ਦੇ ਉੱਤੇ ਦੋਸ਼ ਲੱਗੇ ਕਿ ਇਹਨਾਂ ਨੇ ਟਿਕਟਾਂ ਵੇਚੀਆਂ, ਇਹਨਾਂ ਨੇ ਪੈਸਾ ਧੇਲਾ ਇਕੱਠਾ ਕੀਤਾ, ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਮਿਲੇ ਚੰਦਿਆਂ ਨੂੰ ਖੁਰਦ ਬੁਰਦ ਕੀਤਾ। ਉਹ ਸੱਚੇ ਨੇ ਦੋਸ਼ ਜਾਂ ਝੂਠੇ ਨੇ, ਪਰ ਘੱਟੋ ਘੱਟ ਆਪਣੇ ਵੱਲੋਂ ਕੋਈ ਸਪਸ਼ਟੀਕਰਨ ਤਾਂ ਦਿੰਦੇ। ਪਰ ਅੱਜ ਜਦੋਂ ਸੰਜੇ ਸਿੰਘ ਅਦਾਲਤ ਦੇ ਵਿੱਚ ਪੇਸ਼ ਹੋਣਾ ਹੈ, ਉੱਥੇ ਹਿੰਮਤ ਸਿੰਘ ਸ਼ੇਰਗਿੱਲ ਵੀ ਕਾਲਾ ਕੋਟ ਪਾ ਕੇ ਖੜੇ ਸੀ, ਸ਼ਾਇਦ ਉਹਨਾਂ ਨੇ ਅੰਦਰ ਜਾ ਕੇ ਕਾਰਵਾਈ ਕੀਤੀ ਹੋਏਗੀ। ਉੱਥੇ ਜਿਹੜੇ ਬੈਂਸ ਸਾਹਿਬ ਨੇ ਹਰਜੋਤ ਸਿੰਘ ਹੋਰੀ ਉਹ ਵੀ ਖੜੇ ਸੀ, ਆਮ ਆਦਮੀ ਪਾਰਟੀ ਦੇ ਹੋਰ ਲੀਡਰ ਵੀ ਗਏ ਹੋਏ ਸੀ। ਇਹਦਾ ਮਤਲਬ ਹੈ ਕਿ ਭਾਵੇਂ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਇੰਚਾਰਜ ਨਹੀਂ ਰਹੇ, ਪਰ ਅੰਦਰ ਖਾਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੀ ਅਹਿਮੀਅਤ ਅਜੇ ਵੀ ਕਾਇਮ ਹੈ ਜੀ। ਔਰ ਬਾਟ ਸਾਹਿਬ ਮੌਸਮ ਦਾ ਕੀ ਹਾਲ ਹੈ ਜੀ ਉੱਤਰੀ ਭਾਰਤ ਦੇ ਵਿੱਚ? ਸੁਖਨਾਰ ਜੀ, ਮਸਾਂ ਮੌਸਮ ਜਿਹੜਾ ਥੋੜਾ ਜਿਹਾ ਦਰੁਸਤ ਹੋਇਆ। 4 ਦਿਨ ਜਿਸ ਤਰੀਕੇ ਦੀ ਗਰਮੀ ਪਈ ਸੀ, ਪੰਜਾਬ ਦੇ ਵਿੱਚ ਵੀ ਕਈ ਮੌਤਾਂ ਹੋ ਗਈਆਂ ਸੀ, ਲੋਕਾਂ ਦੇ ਕੰਮ ਧੰਦੇ ਚੌਪਟ ਹੋਣ ਲੱਗ ਪਏ ਸੀ, ਇੱਥੋਂ ਤੱਕ ਕਿ ਬਹੁਤ ਸਾਰੇ ਫਰੂਟ, ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਲੋਕਾਂ ਦੇ ਖੇਤਾਂ ਦੇ ਵਿੱਚ, ਕਿਸਾਨਾਂ ਦੇ ਖੇਤਾਂ ਦੇ ਵਿੱਚ ਸੀ, ਉਹ ਵੀ ਖਰਾਬ ਹੋਣ ਦੇ ਕੰਢੇ ਤੇ ਆ ਗਈਆਂ ਸੀ, ਕਿਉਂਕਿ ਲਗਾਤਾਰ ਜਦੋਂ ਤਿੱਖੀ ਧੁੱਪ ਪੈਂਦੀ ਹੈ ਤਾਂ ਉਸ ਵੇਲੇ ਫਿਰ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ। ਬਹੁਤ ਸਾਰੇ ਸਬਜ਼ੀ ਭਾਜੀ ਵੇਚਣ ਵਾਲੇ ਜਿਹੜੇ ਰੇਹੜੀਆਂ ਲਾਉਂਦੇ ਸੀ, ਉਹਨਾਂ ਨੂੰ ਵੀ ਖੜੇ ਹੋਣਾ ਔਖਾ ਹੋ ਗਿਆ। ਪਰ ਬੀਤੀ ਸ਼ਾਮ ਜਦੋਂ ਤੇਜ਼ ਝੱਖੜ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਕੀ ਉੱਤਰੀ ਭਾਰਤ ਦੇ ਵਿੱਚ ਮੀਂਹ ਪਿਆ, ਉਹਦੇ ਨਾਲ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੀ ਹੈ ਤੇ ਆਉਣ ਵਾਲੇ 2 ਦਿਨ ਮੌਸਮ ਥੋੜਾ ਜਿਹਾ ਠੀਕ ਰਹਿਣ ਦੇ ਆਸਾਰ ਨੇ। ਉਧਰ ਇਹ ਵੀ ਗੱਲ ਹੈ ਕਿ ਜਦੋਂ ਤੇਜ਼ ਝੱਖੜ ਵਗਿਆ ਤਾਂ ਪੂਰੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਬਿਜਲੀ ਵੀ ਗੁੱਲ ਰਹੀ, ਕਿਉਂਕਿ ਤੇਜ਼ ਹਨੇਰੀ ਸੀ, ਦਰਖਤ ਡਿੱਗ ਪਏ ਹੋਣਗੇ, ਕਈ ਵਾਰੀ ਆਪੇ ਵੀ ਬੰਦ ਕਰ ਲਈ ਜਾਂਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਕਿਉਂਕਿ ਲਗਾਤਾਰ ਗਰਮੀ ਪੈਣ ਦੇ ਨਾਲ ਬਿਜਲੀ ਦੀ ਮੰਗ ਬੜੀ ਵੱਧ ਗਈ ਸੀ, ਬਿਜਲੀ ਕੱਟਣ ਲੱਗ ਪਈ ਸੀ, ਕੱਟ ਲੱਗਣ ਲੱਗ ਪਿਆ ਸੀ, ਕਿਸਾਨ ਸਾਹਿਬ ਦੇ ਨਿਸ਼ਾਨੇ ਲੱਗਣ ਲੱਗ ਪਿਆ ਸੀ। ਉਧਰ ਮੌਸਮ ਵਿਭਾਗ ਨੇ ਪੇਸ਼ਨ ਗੋਈ ਸੁਖਨਾਰ ਜੀ ਇੱਕ ਵਾਰੀ ਫੇਰ ਕਰਤੀ ਹੈ ਕਿ ਐਤਕੀ ਮੌਨਸੂਨ ਬਹੁਤ ਵਧੀਆ ਰਹੇਗਾ, ਜਿੰਨਾ ਕੁ ਮੀਂਹ ਚਾਹੀਦਾ ਭੂਰਾ ਕੁ ਉਹਦੇ ਤੋਂ ਵੱਧ ਨਹੀਂ ਪਏਗਾ। ਚੰਗੀ ਗੱਲ ਦਾ ਪੈ ਜਾਏ, ਕਿਸਾਨ ਵੀ ਬਚਣਗੇ, ਜੀਵ ਜੰਤੂ ਵੀ ਬਚਣਗੇ, ਤੇ ਸਭ ਤੋਂ ਵੱਡੀ ਗੱਲ ਕਿ ਧਰਤੀ ਹੇਠਲਾ ਪਾਣੀ ਜਿਹਦਾ ਪੱਧਰ ਲਗਾਤਾਰ ਹੇਠਾਂ ਨੂੰ ਡਿੱਗਦਾ ਜਾ ਰਿਹਾ, ਥੋੜਾ ਬਹੁਤ ਥਾਂ ਪੱਖੀ ਅਸਰ ਉਹਦੇ ਤੇ ਵੀ ਪੈ ਸਕਦਾ ਜੀ। ਇਹ ਬੜੀ ਵਧੀਆ ਖਬਰ ਹੈ ਜੀ, ਔਰ ਬਾਟ ਸਾਹਿਬ ਆਪਾਂ ਖਬਰਾਂ ਦੇ ਉੱਤੇ ਅੱਗੇ ਜਾ ਕੇ ਝਾਤ ਫੇਰ ਪਾਵਾਂਗੇ, ਪਰ ਸਰੋਤਿਆਂ ਦੀਆਂ ਕਾਲਾਂ ਦੇ ਨਾਲ ਇੱਥੇ ਵੇਲਾ ਜੀ ਇੱਕ ਬ੍ਰੇਕ ਦਾ, ਔਰ ਬ੍ਰੇਕ ਤੋਂ ਬਾਅਦ ਗੱਡੀ ਗੇਅਰ ਦੇ ਵਿੱਚ।